खालसा वाहिगुरु जी की फतेह। एक ओंकार सतनाम करता पुरख निरभउ निरवैर अकाल मूरत अजूनी सैभं गुर प्रसाद। वाहे गुरु वाहे गुरु वाहे गुरु वाहे गुरु वाहे गुरु। वाहेगुरु जी का खालसा वाहेगुरु जी की फतेह। सो सारियां संगतां जो अज इस प्लेटफॉर्म ते जुड़े हो सारियां नूं जी आया। मैं पहला भी एक बारी आप जी दे सन्मुख होया सीगा, कुछ पंथक बेनतियां लैके कुछ विचारां दे नाल। तो अज दा जिहड़ा टॉपिक है वो हैगा जी गुरबाणी अते साडा रोजाना जीवन। गुरबाणी रोज पढ़ते हैं पर की गुरबाणी साडे रोजाना दे जीवन दे विच प्रगट हो रही है। इस चीज़ नू लैके मेरे मन दे विच जहन दे विच अपने आप दे वास्ते सवाल पैदा होया जदों मैनू इस सैशन दे वास्ते वीर जी हरजीत सिंह होना ने हुक्म लाया। ਤਾਂ ਉਸ ਦਿਨ ਤੋਂ ਹੀ ਮੇਰੇ ਆਪਣੇ ਆਪ ਦੇ ਵਾਸਤੇ ਸਵਾਲ ਸੀ ਕਿ ਗੁਰਬਾਣੀ ਦੇ ਸ਼ਬਦ ਸਿਧਾਂਤਕ ਰੂਪ ਦੇ ਵਿੱਚ ਮੋਹ ਮਾਇਆ ਤੋਂ ਦੂਰ ਰਹਿਣ ਵਾਸਤੇ ਪੰਥਕ ਹਲਕਿਆਂ ਦੇ ਵਿੱਚ ਪੰਥ ਪ੍ਰਸਤ ਹੋ ਕੇ ਪੰਥ ਦੀ ਗੱਲ ਕਰਦਿਆਂ ਹੋਇਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਕੇਂਦਰ ਸਾਡਾ ਸਿੱਖੀ ਦਾ ਨਿੱਜ ਜੀਵਨ ਆ। तो असी मैं ता करके मेरे मन दे विच उस दिन तो फुरना गुरु साहब ने प्रगट किया भी इस विषय के उपर थोड़ी जी विचार हो सके। ते उदा सबबी नाल कारण यह बनिया कि मैं उन्हां दिनां दे विच जो मेरे नाल वीर जी होना की गलबात हुई मैं किताब पढ़ रहा सीगा वड्डे निशाने वड्डियां प्राप्तियां डॉक्टर इंद्रजीत सिंह जेड़े चेयरमैन होए ने पंजाब एंड सिद्ध बैंक के उन्हां दे जीवन दिया कुछ गल्लां नूं किताब रूप दे विच सुकृत ट्रस्ट वाले ने सांझा कीता ते मैं किताब पढ़ रहा सीगा। तो उन्हां दे विच एक गल जिहड़ी मैनूं नज़र आई भी सिख दा जां एक शरधालू दा गुरु साहब दे उपर रोजाना जीवन दे विच किहो जिहा भरोसा रहा आ उह असीं जरूर दर्शन करिए। ਤੇ ਉਹਦੇ ਵਿੱਚ ਇੱਕ ਜਿਹੜਾ ਚੈਪਟਰ ਆ ਉਹਨਾਂ ਦੇ ਬਚਪਨ ਦੀਆਂ ਗੱਲਾਂ ਦਾ ਉਹਦੇ ਵਿੱਚ ਇੱਕ ਗੱਲ ਆਉਂਦੀ ਹੈ ਜਿਹਦੇ ਤੋਂ ਮੈਂ ਇਹ ਆਧਾਰ ਲਿਆ ਆ। ਓਕੇ ਜੀ, ਤੇ ਮੈਂ ਗੱਲ ਸ਼ੁਰੂ ਕਰਨ ਲੱਗਿਆ ਸੀਗਾ ਡਾਕਟਰ ਇੰਦਰਜੀਤ ਸਿੰਘ ਹੋਣਾ ਦਾ ਪਹਿਲਾ ਨਾਮ ਸੀਗਾ ਹੀਰਾ ਲਾਲ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਸੀ ਦੌਲਤ ਬਾਈ। ਜਦੋਂ ਡਾਕਟਰ ਇੰਦਰਜੀਤ ਸਿੰਘ ਅਜੇ 3-4 ਕੁ ਮਹੀਨਿਆਂ ਦੇ ਸੀ ਨਾ ਤੇ ਸਰਦੀਆਂ ਦੇ ਦਿਨ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਲਿਜਾਇਆ ਕਰਦੀ। ਛੋਟੇ ਬੱਚੇ ਨੇ ਗੋਦ ਵਿੱਚ ਲੈ ਕੇ ਨਾਲ ਜਾਂਦੇ ਤੇ ਪਿੰਡ ਵਾਲੀਆਂ ਮਾਈਆਂ ਬੀਬੀਆਂ ਜੋ ਹੋਰ ਗੁਰਦੁਆਰਾ ਸਾਹਿਬ ਮਿਲਦੀਆਂ ਉਹਨਾਂ ਨੇ ਕਹਿਣਾ ਵੀ ਇੰਨੇ ਛੋਟੇ ਬੱਚੇ ਨੂੰ ਠੰਡ ਦੇ ਵਿੱਚ ਗੁਰਦੁਆਰਾ ਸਾਹਿਬ ਲੈ ਕੇ ਆਉਣਾ ਇਹ ਠੀਕ ਨਹੀਂ ਹੈ। ਤੇ ਉਹਨਾਂ ਦੇ ਮਾਤਾ ਜੀ ਇੱਕ ਗੱਲ ਸੰਗਤ ਨੂੰ ਜੋ ਮਾਈਆਂ ਬੀਬੀਆਂ ਹੁੰਦੀਆਂ ਉਹਨਾਂ ਨਾਲ ਸ਼ੇਅਰ ਕਰਦੇ ਵੀ ਜੇ ਕੋਈ ਸਰੀਰ ਦਾ ਦੁੱਖ ਰੋਗ ਹੋਇਆ ਉਹ ਤਾਂ ਪ੍ਰਗਟ ਹੋ ਜਾਣਾ ਆ ਤੇ ਉਹਦੇ ਇਲਾਜ ਵੀ ਹੋ ਸਕਣਗੇ ਪਰ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣ ਦੇ ਨਾਲ ਹਰ ਰੋਜ਼ ਬਾਣੀ ਸੁਣਨ ਦੇ ਨਾਲ ਇਹ ਭਾਵੇਂ ਛੋਟਾ ਆ ਪਰ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਵਿਪਤਾਵਾਂ ਟਲ ਵੀ ਜਾਂਦੀਆਂ ਨੇ ਤੇ ਭਵਿੱਖ ਦੇ ਵਿੱਚ ਵੀ ਟਲਦੀਆਂ ਰਹਿਣਗੀਆਂ ਤੇ ਕਿਉਂਕਿ ਸਬਕੌਂਸ਼ੀਅਸਲੀ ਇਹਦਾ ਗੁਰਬਾਣੀ ਦੇ ਨਾਲ ਕਨੈਕਸ਼ਨ ਬਣ ਰਿਹਾ। ਹੁਣ ਇਸ ਲੈਵਲ ਦਾ ਜਿਹੜਾ ਭਰੋਸਾ ਆ
ਇਸ ਲੈਵਲ ਦੀ ਜਿਹੜੀ ਸ਼ਰਧਾ ਆ ਜਾਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪ੍ਰਤੱਖ ਰੂਪ ਦੇ ਵਿੱਚ ਜਿਹੜਾ ਪ੍ਰਤੱਖ ਗੁਰੂ ਨਿਸਤਾਰੇ, ਉਸ ਲੈਵਲ ਤੱਕ ਕਿਸੇ ਨੇ ਆਪਣੀ ਭਰੋਸੇ ਦੀ ਸ਼ਰਧਾ ਦੀ ਹੱਦ ਨੂੰ ਲੈ ਜਾਣਾ, ਇਸ ਚੀਜ਼ ਦਾ ਡਾਕਟਰ ਇੰਦਰਜੀਤ ਸਿੰਘ ਜੀ ਦੇ ਜੀਵਨ ਦੇ ਵਿੱਚ ਸਾਰੀ ਉਮਰ ਅਸਰ ਰਿਹਾ। ਤੇ ਇੱਥੋਂ ਹੀ ਮੈਨੂੰ ਇਹ ਖਿਆਲ ਆਇਆ ਵੀ ਅਸੀਂ ਹਰ ਰੋਜ਼ ਨਿਤਨੇਮ ਕਰਦੇ ਹਾਂ ਕਿਉਂਕਿ ਸਾਨੂੰ ਪੰਥ ਦਾ ਹੁਕਮ ਹੈ। ਕਿਸੇ ਦਿਨ ਨਿਤਨੇਮ ਕਰਨ ਨੂੰ ਮਨ ਨਹੀਂ ਵੀ ਕਰਦਾ ਤਾਂ ਵੀ ਅਸੀਂ ਬੱਧਾ ਚੱਟੀ ਕਰ ਲੈਂਦੇ ਹਾਂ। ਸੰਗਤ ਦੇ ਵਾਸਤੇ ਅਰਦਾਸ ਅਸੀਂ ਕਰ ਦਿੰਦੇ ਹਾਂ ਕਿ ਗੁਰੂ ਸਾਹਿਬ ਤੁਹਾਡੇ ਕਾਰਜ ਰਾਸ ਕਰਨਗੇ, ਪਰ ਜਦੋਂ ਸਾਡਾ ਕੋਈ ਨਿੱਜੀ ਕਾਰਜ ਹੁੰਦਾ ਆ, ਅਰਦਾਸ ਅਸੀਂ ਵੀ ਕਰਦੇ ਹਾਂ ਪਰ ਸਾਡੀ ਅਰਦਾਸ ਦੇ ਵਿੱਚ ਉਸ ਲੈਵਲ ਦਾ ਭਰੋਸਾ ਨਹੀਂ ਹੁੰਦਾ। ਬਾਣੀ ਅਸੀਂ ਹਰ ਰੋਜ਼ ਨਿਤਨੇਮ ਦੇ ਰੂਪ ਦੇ ਵਿੱਚ ਸੰਗਤ ਦੇ ਵਾਸਤੇ ਵੀ ਪੜ੍ਹਦੇ ਹਾਂ, ਆਪਣੇ ਵਾਸਤੇ ਵੀ ਪੜ੍ਹਦੇ ਹਾਂ, ਪਰ ਵਾਰ ਵਾਰ ਖਿਆਲ ਜਿਹੜਾ ਇਸ ਗੱਲ ਤੇ ਆ ਕੇ ਟਿਕਦਾ ਆ ਕਿ ਗੁਰਬਾਣੀ ਜੋ ਰੋਜ਼ ਪੜ੍ਹਦੇ ਆ ਕਿ ਉਹ ਸਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ, ਜਾਂ ਅਸੀਂ ਵੀ ਇੱਕ, ਕਿਉਂਕਿ ਨਿਤਨੇਮ ਇੱਕ ਰਿਚੁਅਲ ਨਹੀਂ ਹੈ, ਇਹ ਗੱਲ ਤਾਂ ਜ਼ਾਹਿਰ ਹੈ, ਪਰ ਕੀ ਅਸੀਂ ਨਿਤਨੇਮ ਵੀ ਰਿਚੁਅਲ ਦੇ ਵਾਂਗੂ ਹੀ ਕਰ ਰਹੇ ਹਾਂ ਕਿ ਜਿਹੜਾ ਅਸੀਂ ਸਹਿਜ ਪਾਠ ਕੁਝ ਪ੍ਰੇਮੀ ਸੱਜਣ ਹਰ ਰੋਜ਼ ਕਰਦੇ ਆ, 2 ਅੰਗ 3 ਅੰਗ, ਕੀ ਉਹ ਸਹਿਜ ਪਾਠ ਉਹਨਾਂ ਦੇ ਜੀਵਨ ਦੇ ਵਿੱਚ ਸਹਿਜ ਰੂਪ ਦੇ ਵਿੱਚ ਪ੍ਰਗਟ ਹੋ ਰਹੇ ਆ? ਗੁਰਬਾਣੀ ਆਪਣਾ ਅਸਰ ਉਹਨਾਂ ਦੇ ਜ਼ਿਹਨ ਦੇ ਉੱਪਰ, ਮਨ ਦੇ ਉੱਪਰ, ਬਚਨਾਂ ਦੇ ਉੱਪਰ, ਕਰਮਾਂ ਦੇ ਉੱਪਰ ਪ੍ਰਗਟਾ ਰਹੀ ਹੈ? ਜੇ ਨਹੀਂ ਤਾਂ ਉਹਦੀ ਕਮੀ ਕਿੱਥੇ ਹੋ ਸਕਦੀ ਹੈ? ਤੋ ਉੱਥੋਂ ਇਹ ਖਿਆਲ ਮੇਰਾ ਆਧਾਰ ਬਣਿਆ ਕਿ ਅਸੀਂ, ਔਰ ਮੈਂ ਇੱਥੇ ਅੱਜ ਤੁਹਾਨੂੰ ਕੁਝ ਵੀ ਦੱਸਣ ਵਾਸਤੇ ਨਹੀਂ ਆਇਆ ਗਾ, ਸਾਂਝ ਪਾਉਣ ਵਾਸਤੇ ਆਇਆ ਵੀ ਜੋ ਮੇਰੇ ਜ਼ਿਹਨ 'ਚ ਖਿਆਲ ਆਏ ਤੁਹਾਡੇ ਸਭਨਾਂ ਦੇ ਵੀ ਜ਼ਿਹਨੀਅਤ ਦੇ ਵਿੱਚ ਇਹ ਹੋਣਗੇ ਲਾਜ਼ਮੀ, ਇਹਨਾਂ ਨੂੰ ਅਸੀਂ ਹੋਰ ਅਗਾਹਾਂ ਅਗਲੇ ਪੱਧਰ ਦੇ ਉੱਪਰ ਕਿਵੇਂ ਲੈ ਕੇ ਜਾ ਸਕੀਏ, ਤਾਂ ਕਿ ਅਸੀਂ ਐਜ਼ ਅ ਸਿੱਖ ਇੰਡੀਵਿਜੁਅਲ ਅਸੀਂ ਵੀ ਸਪਿਰਚੁਅਲੀ ਗਰੋ ਕਰੀਏ, ਸਾਡੀ ਗਰੋਥ ਹੋਵੇ, ਉਹਦੇ ਨਾਲ ਨਾਲ ਸਾਡਾ ਆਲਾ ਦੁਆਲਾ, ਸਾਡਾ ਭਾਈਚਾਰਾ, ਸਾਡਾ ਗੁਰਦੁਆਰਾ ਸਾਹਿਬ ਦਾ ਕਮਿਊਨਿਟੀ ਜਿਹੜਾ ਸੈਂਟਰ ਸਾਡੇ ਉੱਥੇ ਜੁੜਦੇ ਨੇ, ਉਹ ਆਂਢ ਗੁਆਂਢ ਉਹ ਪ੍ਰਭਾਵਿਤ ਹੋਵੇ। ਜਾਂ ਜਿਵੇਂ ਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਦੇਹੀ ਕਿਸਕੀ ਬਾਪੁਰੀ ਪਵਿੱਤਰ ਹੋਏ ਗੋ ਗ੍ਰਾਮ, ਵੀ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਉਹਦੀ ਇਕੱਲੀ ਆਪਣੀ ਦੇਹੀ ਦਾ ਨਹੀਂ, ਉਹਦੇ ਕਰਕੇ ਪੂਰਾ ਨਗਰ, ਪੂਰਾ ਗ੍ਰਾਮ, ਪੂਰਾ ਪਿੰਡ ਪਵਿੱਤਰ ਹੋ ਜਾਂਦਾ। ਤੋ ਉਸ ਪੱਧਰ ਦਾ ਸਾਡਾ ਜੀਵਨ ਜਿਹੜਾ ਉਹ ਕਿਵੇਂ ਪ੍ਰਗਟ ਹੋਵੇ, ਜਾਂ ਜਿਨ੍ਹਾਂ ਦਾ ਪ੍ਰਗਟ ਹੋਇਆ ਆ, ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਅਸੀਂ ਵੱਡੇ ਨਾਵਾਂ ਦੇ ਨਾਲ ਯਾਦ ਕਰਦੇ ਹਾਂ, ਮੌਜੂਦਾ ਇਤਿਹਾਸ ਦੇ ਵਿੱਚ, ਪਿਛਲੇ 100 ਕੁ ਸਾਲਾਂ ਦੇ ਇਤਿਹਾਸ ਦੇ ਵਿੱਚ, ਭਾਈ ਵੀਰ ਸਿੰਘ, ਡਾਕਟਰ ਗੰਡਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਸਰਦਾਰ ਕਰਮ ਸਿੰਘ ਹਿਸਟੋਰੀਅਨ, ਪ੍ਰਿੰਸੀਪਲ ਗੰਗਾ ਸਿੰਘ, ਜਾਂ ਹੋਰ ਬਹੁਤ ਸਾਰੇ ਨਾਮ, ਉਹ ਅੱਜ ਕਿਉਂ ਨਹੀਂ ਪੈਦਾ ਹੋ ਰਹੇ? ਜੇ ਪੈਦਾ ਹੋ ਰਹੇ ਹੈ ਤੇ ਉਹ ਇਹੋ ਜਿਹੀ ਛਾਪ ਦੂਸਰਿਆਂ ਦੇ ਜੀਵਨ ਦੇ ਉੱਪਰ ਕਿਉਂ ਨਹੀਂ ਛੱਡ ਰਹੇ? ਉੱਥੇ ਇੱਕ ਗੱਲ ਤਾਂ ਸਮਝ 'ਚ ਆਉਂਦੀ ਹੈ ਕਿ ਸਾਡਾ ਹੁਣ ਧਾਰਮਿਕ ਸਿਸਟਮ, ਧਾਰਮਿਕ ਢਾਂਚਾ, ਆਮ ਨਾਟ ਟਾਕਿੰਗ ਅਬਾਊਟ ਗੁਰਦੁਆਰਾ ਸਾਹਿਬ ਸਿਸਟਮ, ਸਾਡਾ ਨਿੱਜੀ ਧਾਰਮਿਕ ਢਾਂਚਾ ਜਿਹੜਾ ਉਹ ਪਹਿਲਾਂ ਤਾਂ ਹੋਣਾ ਚਾਹੀਦਾ ਸੀਗਾ ਕਿ ਮੈਂ ਖੁਦ ਧਾਰਮਿਕ ਜੀਵਨ ਦੇ ਵਿੱਚ ਸੰਪੂਰਨ ਹੋਵਾਂ, ਫਿਰ ਮੈਂ ਕਿਸੇ ਨੂੰ ਪ੍ਰਭਾਵਿਤ ਕਰਾਂ। ਜੇ ਉਹ ਵੀ ਨਹੀਂ ਹੈਗਾ ਗਾ ਤਾਂ ਜਿੱਥੋਂ ਕੁ ਤੱਕ ਸਾਡੀ ਪਹੁੰਚ ਹੈ, ਅਸੀਂ ਉੱਥੋਂ ਤੱਕ ਵੀ ਸਿੱਖੀ ਦਾ ਉਸ ਪੱਧਰ ਦਾ, ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਤੋਂ ਅਸਮਰੱਥ ਹੁੰਦੇ ਜਾ ਰਹੇ ਹਾਂ। ਬਹੁਤ ਸਾਰੇ ਕਾਰਨ ਹੋਣਗੇ, ਉਹਨਾਂ ਕਾਰਨਾਂ ਦੇ ਵਿੱਚੋਂ ਅਸੀਂ ਸੋਸ਼ਲ ਮੀਡੀਆ ਨੂੰ, ਮਾਡਰਨ ਐਜੂਕੇਸ਼ਨ ਨੂੰ, ਮਾਡਰਨ ਵਰਕਿੰਗ ਸਿਸਟਮਸ ਨੂੰ ਦੋਸ਼ ਦੇ ਸਕਦੇ ਹਾਂ, ਉਹਨਾਂ ਨੂੰ, ਉਹਨਾਂ ਦਾ ਨਾਮ ਲੈ ਸਕਦੇ ਹਾਂ, ਉਹਨਾਂ ਦੇ ਕਰਕੇ ਬੱਚਿਆਂ ਨੂੰ ਟਾਈਮ ਨਹੀਂ ਮਿਲਦਾ, ਲਾਈਫ ਦਾ ਸਿਸਟਮ ਹੋਰ ਤਰ੍ਹਾਂ ਦਾ ਹੋ ਗਿਆ ਹੈ, ਫੈਮਿਲੀ ਵੈਲਿਊਜ਼ ਚੇਂਜ ਹੁੰਦੀਆਂ ਜਾ ਰਹੀਆਂ ਨੇ, ਬਹੁਤ ਕੁਛ। ਪਰ ਐਟ ਦ ਐਂਡ ਆਫ ਦਾ ਡੇ ਜਿਹਨੇ ਅੱਜ ਗੁਰਬਾਣੀ ਪੜ੍ਹੀ ਹੈ ਉਹਦੇ ਜੀਵਨ ਦੇ ਵਿੱਚ ਅੱਜ ਗੁਰਬਾਣੀ ਦਾ ਅਸਰ ਦਿਸ ਰਿਹਾ ਕਿ ਨਹੀਂ ਦਿਸ ਰਿਹਾ ਉਹਨੂੰ ਆਪਣੇ ਆਪ ਨੂੰ? ਜ਼ਰੂਰੀ ਨਹੀਂ ਕਿ ਉਹ ਅਸਰ ਅਸੀਂ ਦੂਸਰਿਆਂ ਨੂੰ ਪਹਿਲਾਂ ਦਿਖਾਉਣਾ ਆ ਜਾਂ ਦੂਸਰੇ ਉਸ ਅਸਰ ਨੂੰ ਵੇਖਣ ਦੇ ਕਾਬਲ ਹੋਣ,
कि मेरे मैं अपने आप दे नाल इन्ना पर सच्चा हो सकता है, ईमानदार हो सकता है अपने आप दे नाल, मेरे अंदर जिहड़ा अंतरजामी बैठा है ओहदे नाल, कि वाकई मैं अज सवेरे पाठ कीता सी, गुरबाणी पढ़ी सी, ते ओहदा मेरे आत्मा दे उपर, मन दे उपर, मेरे सुभाव दे उपर कोई असर पिया है। जे पै रहा है तो मुबारक है, जे नहीं पै रहा तो सोचण दा विषय है। डॉक्टर इंद्रजीत सिंह जदों अपने बजुर्गी अवस्था दे विच ये गल दा जिक्र करते हैं ना कि मैं अपनी लाइफ दे वड्डे फैसले, चैलेंजिंग फैसले ने जड़े वो अमृत वेले लए है। हुण अमृत वेले दी महत्ता वो सिर्फ भगती तक सीमित नहीं उन्होंने रखी, अपनी डेली लाइफ दे वास्ते अमृत वेले नूं इन्ना के महत्वपूर्ण बनाया कि मेरी माँ मैनू अमृत वेले गुरु दरबार ले जांदी सी, इस आस दे नाल, उम्मीद दे नाल कि जिंदगी दियां विपतावां भविख दे विच हल्कियां होणगियां, जां इहदे कोले स्किल्स होणगियां, उह चीज़ दा असर उहनां दी लाइफ दे विच थ्रू आउट द लाइफ आपां देखिया वी उहनां ने जिंदगी दे वड्डे वड्डे फैसले अमृत वेले लए। तो गुरबाणी दा साडा रोजाना जीवन, रोजाना जीवन सब तो पहला निज जीवन, मेरा अपना, मेरे तो मेरे कोलीग्स प्रभावित होंदे है नहीं होंदे इट्स सेकेंडरी, क्योंकि उत्थे हो सकदा या कोलीग्स दे विच 100 तरह दियां आपसी फुट दियां गल्लां होंदियां ने, तुहाडे धार्मिक पहरावे दी गल हो सकदी है, तुहाडे धार्मिक जीवन तो हो सकदा है, तुहाडे धर्म दे विचों रहिंदिआं होइआं पोलिटिकल आइडियोलॉजी दे नाल अलायंस होण करके हो सकदा है, 100 गल्लां होणगीआं जिहदे करके तुहाडे परिवारक मैंबर जां तुहाडे कोलीग्स, तुहाडा आला दुआला तुहाडे तों प्रभावित नहीं, पर की गुरबाणी तों साडा अपना निज जीवन प्रभावित हो रिहा हर रोज़, क्योंकि नितनेम असीं हर रोज़ कर रहे हैं। तो ये चीज़ मैनूं प्रभावित करदी है कि असीं जे अज दे मौजूदा दौर नूं देखदे हैं, जदों मैं अज तों 20 साल पहलां धार्मिक सिक्ख्या ग्रहण करनी शुरू कीती सी, वार वार एक चीज़ साडे कन्नां दे विच पैंदी सी कि सिख डॉक्टर बनो, सिख इंजीनियर बनो, सिख टीचर बनो, सिख वकील बनो, सिख फौजी बनो, ਤਾਂ ਕਿ ਤੁਸੀਂ ਸਮਾਜ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਉਸ ਰੂਪ ਦੇ ਵਿੱਚ ਕਰ ਸਕੋ। ਜੇ 20 ਸਾਲ ਪਹਿਲਾਂ ਮੈਂ ਸੁਣਦਾ ਰਿਹਾ ਤੇ ਮੇਰੇ ਤੋਂ ਪਹਿਲਾਂ ਵੀ 20 ਸਾਲ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਉਹਨਾਂ ਨੇ 20 ਸਾਲ ਪਹਿਲਾਂ ਹੋਰੇ ਗੱਲਾਂ ਸੁਣੀਆਂ ਸਿੱਖੀਆਂ, ਰਫਲੀ ਜਿਹਾ ਆਈਡੀਆ ਪਿਛਲੇ 50-60 ਸਾਲਾਂ ਤੋਂ ਇਹ ਗੱਲ ਲਗਾਤਾਰ ਦੁਹਰਾਓ 'ਚ ਚੱਲ ਰਹੀ ਹੈ ਕਿ ਸਿੱਖ ਬਣੋ ਤਾਂ ਕਿ ਤੁਸੀਂ ਸਿੱਖ ਡਾਕਟਰ ਬਣ ਸਕੋ, ਸਿੱਖ ਬਣੋ ਕਿਉਂਕਿ ਤੁਸੀਂ ਸਿੱਖ ਇੰਜੀਨੀਅਰ ਬਣ ਸਕੋ। ਪਰ ਜੇ ਆਪਾਂ ਆਲੇ ਦੁਆਲੇ ਅੱਜ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਸਿੱਖੀ ਸਰੂਪ ਵਾਲੇ ਡਾਕਟਰ ਇੰਜੀਨੀਅਰ ਤਾਂ ਤੁਹਾਨੂੰ ਫਿਰ ਮਿਲ ਜਾਣਗੇ, ਸਿੱਖੀ ਜੀਵਨ ਵਾਲੇ ਉਹ ਫਿਰ ਨਹੀਂ ਲੱਭਣੇ। ਉਹਦੇ ਕੀ ਕਾਰਨ ਨੇ ਇਹਦੇ ਉੱਪਰ ਥੋੜ੍ਹੀ ਜਿਹੀ ਦੀਰਘ ਵਿਚਾਰ ਜ਼ਰੂਰ ਹੋਣੀ ਚਾਹੀਦੀ ਹੈ, ਅੱਜ ਦੇ ਸੈਸ਼ਨ ਦੇ ਵਿੱਚ ਤਾਂ ਇਹ ਪੋਸੀਬਲ ਨਹੀਂ, ਪਰ ਜ਼ਰੂਰ ਕਿਤੇ ਨਾ ਕਿਤੇ ਕਿ ਕਿਉਂ ਅਸੀਂ ਸਿੱਖੀ ਸਰੂਪ ਨੂੰ ਆਪਣੇ ਅੰਤਰ ਆਤਮੇ ਦੇ ਨਾਲ, ਆਪਣੇ ਜੀਵਨ ਗੁਣਾਂ ਦੇ ਨਾਲ ਜੋੜ ਨਹੀਂ ਸਕੇ। ਤੋ ਇਹ ਚੀਜ਼ਾਂ ਕੁਝ ਨੇ ਜਿਹੜੀਆਂ ਸਾਡੇ ਇਸੇ ਨੂੰ ਮੈਂ ਕਹਿੰਦਾ ਆ ਸਾਡੇ ਰੋਜ਼ਾਨਾ ਦੇ ਜੀਵਨ ਦੇ ਵਿੱਚ ਉਹ ਪ੍ਰਗਟ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ, ਕਿਉਂਕਿ ਡਾਕਟਰ ਦੇ ਜੀਵਨ ਦੇ ਵਿੱਚ ਉਹਦਾ ਪੇਸ਼ਾ ਦਾ ਪ੍ਰਗਟ ਹੋਣਾ ਹੈ, ਉਹਨੇ ਇਲਾਜ ਕਰਨਾ ਹੈ, ਇੰਜੀਨੀਅਰ ਦੇ ਜੀਵਨ ਦੇ ਵਿੱਚ ਉਹਦਾ ਕਿੱਤਾ ਪ੍ਰਗਟ ਹੋਣਾ ਹੈ, ਵਕੀਲ ਦੇ ਜੀਵਨ 'ਚ ਉਹਦਾ ਕਰਮ, ਟੀਚਰ ਦੇ ਜੀਵਨ ਦੇ ਵਿੱਚੋਂ ਉਹਦੇ ਅਧਿਆਪਕ ਦੇ ਗੁਣ, ਪਰ ਕੀ ਸਿੱਖੀ ਪ੍ਰਗਟ ਹੋ ਰਹੀ ਹੈ ਨਾਲ? ਕੀ ਭਾਈ ਵੀਰ ਸਿੰਘ ਜੀ ਜਿਨ੍ਹਾਂ ਨੂੰ 6ਵਾਂ ਦਰਿਆ ਕਹਿੰਦੇ ਹੈ, ਉਹਨਾਂ ਤੋਂ ਪ੍ਰੋਫੈਸਰ ਪੂਰਨ ਸਿੰਘ ਵਰਗੇ ਇਹਨੇ ਵਿਚਾਰਵਾਨ ਡੂੰਗੀ ਸੋਚ ਦੇ ਮਾਲਕ ਉਹ ਪ੍ਰਭਾਵਿਤ ਹੋ ਰਹੇ ਹੈ ਕਿ ਇਸ ਤਰ੍ਹਾਂ ਦੇ ਨਾਲ ਸਿੱਖ ਸਕਾਲਰਸ ਤੋਂ, ਸਿੱਖ ਵਿਦਵਾਨਾਂ ਤੋਂ, ਸਿੱਖ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਤੋਂ, ਕੋਈ ਆਮ ਬੰਦਾ ਤੋਂ ਲੈ ਕੇ ਕੋਈ ਖਾਸ ਅਹੁਦਿਆਂ ਤੱਕ ਪਹੁੰਚੇ ਹੋਏ ਬੰਦੇ ਪ੍ਰਭਾਵਿਤ ਹੋ ਰਹੇ ਨੇ? ਨਹੀਂ। ਜੇ ਮੈਂ ਦੇਖਦਾ ਹਾਂ, ਕਿਉਂਕਿ ਮੈਂ ਵੀ ਆਪਣੇ ਆਪ ਨੂੰ
ਯੰਗਰ ਜਨਰੇਸ਼ਨ ਦੀ ਕੈਟਾਗਰੀ ਦੇ ਵਿੱਚ ਰੱਖਦਾ ਆ। ਸੋਸ਼ਲ ਮੀਡੀਆ ਦੇ ਉੱਪਰ ਦੇਖਦਾ ਆ ਇੰਨੀ ਤੇਜ਼ੀ ਦੇ ਨਾਲ ਸਾਡਾ ਨੌਜਵਾਨ ਵਰਗ ਧਾਰਮਿਕ ਅਕੀਦਿਆਂ ਤੋਂ, ਜਜ਼ਬਾਤਾਂ ਤੋਂ, ਧਾਰਮਿਕ ਭਾਵਨਾਵਾਂ ਤੋਂ ਦੂਰ ਹੁੰਦਾ ਜਾ ਰਿਹਾ। ਉਹਦੇ ਵਾਸਤੇ ਧਰਮ ਵੀ ਇੱਕ ਬੜੀ ਪਰਸਨਲ ਚੀਜ਼ ਬਣ ਕੇ ਰਹਿ ਗਈ ਹੈ ਵੀ ਧਰਮ ਵੀ ਮੈਂ ਨਿਭਾਉਣਾ ਤਾਂ ਮਾਈ ਵੇ। ਉਹਨੂੰ ਨਾ ਗੁਰੂ ਸਾਹਿਬ ਨਾਲ ਕੋਈ ਹੈ, ਨਾ ਉਹਨੂੰ ਸਿੱਖ ਰਹਿਤ ਮਰਿਆਦਾ ਦੇ ਨਾਲ ਕੋਈ ਮਤਲਬ ਹੈ, ਨਾ ਉਹਨੂੰ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਗਵਰਨੈਂਸ ਦੇ ਨਾਲ ਕੋਈ ਕੰਸਰਨ ਹੈ। ਉਹਦਾ ਮਤਲਬ ਰਹਿ ਗਿਆ ਮੈਂ ਇੱਕ ਮੱਸਿਆ ਸੰਗਰਾਂਦ ਵਾਲੇ ਦਿਨ ਪਵਿੱਤਰ ਦਿਹਾੜੇ ਦੀ ਪੋਸਟ ਪਾਉਣੀ ਹੈ, ਉਹਨੂੰ ਮੈਂ ਸ਼ੇਅਰ ਕਰਨਾ ਆ। ਮੈਂ ਅਕਸਰ ਕਹਿੰਦਾ ਹੁੰਦਾ ਆ ਵੀ ਸਾਡੇ ਗੁਰਪੁਰਬ ਦਿਹਾੜੇ ਸਾਡੇ ਡੇਲੀ ਰੂਟੀਨ ਲਾਈਫ ਦੇ ਸੈਗਮੈਂਟਸ ਉਹ ਸਿਰਫ ਇੱਕ ਮੈਸੇਜ ਫਾਰਵਰਡ ਕਰਨ ਤੱਕ ਸੀਮਤ ਹੋ ਕੇ ਰਹਿ ਗਏ ਆ। ਸੋ ਵੀ ਡੂਇੰਗ ਦੈਟ, ਅਸੀਂ ਮੈਸੇਜ ਫਾਰਵਰਡ ਕਰ ਰਹੇ ਹਾਂ। ਦ ਕੁਐਸਚਨ ਇਜ਼, ਆਰ ਵੀ ਰਿਸੀਵਿੰਗ ਦਾ ਮੈਸੇਜ ਆਫ ਗੁਰੂ ਸਾਹਿਬ? ਗੁਰਪੁਰਬ ਦਾ ਮੈਸੇਜ ਅਸੀਂ ਫਾਰਵਰਡ ਕਰਤਾ, ਪਰ ਕੀ ਗੁਰੂ ਸਾਹਿਬ ਦਾ ਮੈਸੇਜ ਅਸੀਂ ਲਿਆ? ਨਹੀਂ। ਤੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਗਲੀ ਗੱਲ ਵੀ ਜਿਨ੍ਹਾਂ ਨੇ ਫਿਰ ਬਚਪਨ ਦੇ ਵਿੱਚ ਸਿੱਖੀ ਨੂੰ ਕਮਾਇਆ ਉਸ ਲੈਵਲ ਦੇ ਉੱਪਰ, ਜਾਂ ਸਿੱਖੀ ਦਾ ਦੀਦਾਰ ਕੀਤਾ ਆ, ਗੁਰਬਾਣੀ ਦੇ ਨਾਲ ਜੁੜੇ ਨੇ, ਜਿਵੇਂ ਡਾਕਟਰ ਇੰਦਰਜੀਤ ਸਿੰਘ ਦੀ ਹੋਈ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਰੋਜ਼ਾਨਾ ਸਹਿਜ ਪਾਠ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਸਹਿਜ ਪਾਠ ਕਰਨਾ, ਬਾਣੀ ਪੜ੍ਹਨੀ, ਇਸ ਬਾਣੀ ਦੇ ਭਰੋਸੇ ਨੂੰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਵੇਂ ਲਾਗੂ ਕੀਤਾ? ਉਹਦੀਆਂ ਦੋ ਤਿੰਨ ਕੁ ਉਦਾਹਰਨਾਂ ਨੇ। ਕਿਸੇ ਸਕੂਲ ਦੇ ਵਿੱਚ ਉਹ ਗਏ, ਲੁਧਿਆਣੇ ਦੇ ਇਲਾਕੇ ਦਾ ਸ਼ਾਇਦ ਕੋਈ ਸਕੂਲ ਸੀ, ਉੱਥੇ ਬੱਚਿਆਂ ਦੇ ਨਾਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਧਾਰਮਿਕ ਗੱਲਾਂ, ਸਮਾਜਿਕ ਗੱਲਾਂ, ਸਿੱਖੀ ਦੀਆਂ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਆਪਣੀ ਗੱਲ ਜਿਹੜੀ ਉਹਨਾਂ ਨੂੰ ਜਿਹੜੀ ਗੱਲ ਨੇ ਪ੍ਰਭਾਵਿਤ ਕੀਤਾ ਉਹਨੂੰ ਉਹਨਾਂ ਨੇ ਸ਼ੇਅਰ ਕੀਤਾ ਵੀ ਮੈਂ ਇੱਕ ਹਿੰਦੂ ਧਰਮ ਦੇ ਵਿੱਚ ਜਨਮ ਲਿਆ, ਪਰ ਗੁਰੂ ਸਾਹਿਬ ਨੇ ਮੇਰੇ ਪਰਿਵਾਰ 'ਤੇ ਅਸੀਂ ਕਿਰਪਾ ਕੀਤੀ ਕਿ ਅੱਜ ਮੈਂ ਇੰਦਰਜੀਤ ਸਿੰਘ ਬਣ ਸਕਿਆ ਹਾਂ। ਬਾਣੀ ਦੇ ਨਾਲ ਗੁਰੂ ਸਾਹਿਬ ਨੇ ਮੈਨੂੰ ਜੋੜਿਆ, ਬੈਂਕ ਦੀਆਂ ਸੁਵਿਧਾਵਾਂ ਮਹਾਰਾਜ ਮੇਰੇ ਤੋਂ ਲੈ ਰਹੇ ਨੇ, ਅਤੇ ਸਿੱਖ ਬੱਚਿਆਂ ਨੂੰ ਉਹ ਪ੍ਰਮੋਟ ਕਰਦੇ, ਉਹਨਾਂ ਨੂੰ ਐਜੂਕੇਟ ਕਰਦੇ, ਉਹਨਾਂ ਨੂੰ ਆਪਣੀਆਂ ਬੈਂਕਾਂ ਦੇ ਵਿੱਚ ਹਾਇਰ ਕਰਦੇ। ਅਤੇ ਗੁਰੂ ਸਾਹਿਬ ਦੇ ਉੱਪਰ ਉਹਨਾਂ ਦਾ ਕੈਸਾ ਭਰੋਸਾ ਸੀ? ਉਹ ਆਪ ਲਿਖਦੇ ਹੈ ਵੀ ਜੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਵੀ ਉਹਨਾਂ ਨੂੰ, ਕਿਉਂਕਿ ਉਸ ਸਮੇਂ ਟਾਵੇਂ ਟਾਵੇਂ ਵਿਰਲੇ ਵਿਰਲੇ ਇਹੋ ਜਿਹੇ ਗੁਰਮੁਖ ਹੁੰਦੇ ਸਨ ਅਤੇ ਲੋਕ ਉਹਨਾਂ ਨੂੰ ਜਾਣਦੇ ਸਨ, ਕਹਿੰਦੇ ਜੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਵੀ ਉਹਨਾਂ ਨੂੰ ਕੋਈ ਮੌਕੇ ਤੇ ਮਿਲ ਗਿਆ ਨਾ, ਕਿਸੇ ਨੇ ਆ ਕੇ ਕਹਿਤਾ ਜੀ ਮੈਨੂੰ ਨੌਕਰੀ ਚਾਹੀਦੀ ਹੈ ਬੈਂਕ ਦੇ ਵਿੱਚ, ਕਿਸੇ ਨੇ ਆ ਕੇ ਕਿਹਾ ਮੈਨੂੰ ਪ੍ਰਮੋਸ਼ਨ ਚਾਹੀਦੀ ਹੈ, ਕਿਸੇ ਨੇ ਆ ਕੇ ਕਿਹਾ ਮੈਨੂੰ ਆਹ ਲੋੜ ਪੂਰੀ ਕਰ ਦਿਓ, ਤਾਂ ਡਾਕਟਰ ਸਾਹਿਬ ਕਹਿੰਦੇ ਉੱਥੇ ਪਰਿਕਰਮਾ ਦੇ ਵਿੱਚ ਹੀ ਉਹਦਾ ਲੈਟਰ, ਉਹਦਾ ਜੋਬ ਦੇ ਵਾਸਤੇ ਐਪਲੀਕੇਸ਼ਨ ਜਾਂ ਕੋਈ ਹੋਰ ਲੋੜ ਹੁੰਦੀ ਸੀ ਪੂਰੀ ਕਰ ਦਿੰਦੇ ਸੀਗੇ, ਕਿ ਜੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇਹ ਮੈਨੂੰ ਆ ਕੇ ਮਿਲਿਆ ਤਾਂ ਇਹ ਫਿਰ ਗੁਰੂ ਸਾਹਿਬ ਦਾ ਹੁਕਮ ਹੋਇਆ ਆ ਅਤੇ ਮੈਂ ਗੁਰੂ ਸਾਹਿਬ ਦਾ ਹੁਕਮ ਸੱਤ ਕਰਕੇ ਮੰਨਣਾ ਆ। ਮਤਲਬ ਕਿਸ ਲੈਵਲ ਤੇ ਜਾ ਕੇ ਉਹ ਗੁਰਬਾਣੀ ਦਾ ਜਿਹੜਾ ਗੁਰੂ ਸਾਹਿਬ ਦਾ ਭਰੋਸਾ ਆ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਸੀ ਵੀ ਇਹ ਵੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜੇ ਕੋਈ ਮੈਨੂੰ ਮਿਲਿਆ ਲੋੜਵੰਦ ਤਾਂ ਇਹ ਗੁਰੂ ਸਾਹਿਬ ਦਾ ਹੁਕਮ ਦੇ ਕਰਕੇ ਹੈ ਤੇ ਮੈਂ ਗੁਰੂ ਸਾਹਿਬ ਦਾ ਹੁਕਮ ਨਹੀਂ ਮੋੜ ਸਕਦਾ। ਨਿੱਕੀਆਂ ਨਿੱਕੀਆਂ ਗੱਲਾਂ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ, ਉਹ ਰੋਜ਼ਾਨਾ ਜੋ ਉਹਨਾਂ ਨੇ ਕਮਾਇਆ ਉਹਨਾਂ ਨੇ ਉਹ ਹੁੰਦਾ ਦੇਖਿਆ। ਕਹਿੰਦੇ ਕਿਸੇ ਸਮੇਂ ਕੋਈ ਕਾਲ ਵਰਗੀ ਸਥਿਤੀ ਪੈ ਗਈ ਸੀ, ਡਰਾਊਟ ਹੋ ਗਿਆ ਤੇ ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਦਾਦਾ ਜੀ ਸ਼ਾਇਦ ਪੋਖਰਦਾਸ ਕਰਕੇ ਨਾਮ ਆ ਉਹਨਾਂ ਦਾ, ਤੇ ਉਹਨਾਂ ਨੇ ਨਗਰ ਦੇ ਵਿੱਚ ਪਿੰਡ ਦੇ ਵਿੱਚ ਲੋਕਾਂ ਨੂੰ ਰਸਤਾ ਵਸਤਾ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਤੇ ਡਾਕਟਰ ਇੰਦਰਜੀਤ ਸਿੰਘ ਕਹਿੰਦੇ ਵੀ ਮੈਂ ਉਦੋਂ ਛੋਟਾ ਸੀ ਤੇ ਮੈਂ ਵੇਖ ਰਿਹਾ ਸੀਗਾ ਵੀ ਇੱਕ ਬੱਚਾ ਵਾਰ ਵਾਰ ਆਉਂਦਾ ਸੀ, ਉਹ ਚੀਜ਼ ਲੈਂਦਾ ਸੀਗਾ ਤੇ ਫਿਰ ਜਾ ਕੇ ਲਾਈਨ 'ਚ ਲੱਗ ਜਾਂਦਾ ਸੀ। ਕਹਿੰਦੇ ਮੇਰੇ ਦਾਦਾ ਜੀ ਨੂੰ ਵੀ ਪਤਾ ਵੀ ਉਹ ਵਾਰ ਵਾਰ ਆ ਰਿਹਾ, ਪਰ ਉਹਨਾਂ ਨੇ ਕੁਛ ਨਹੀਂ ਕਿਹਾ ਤੇ ਮੈਥੋਂ ਰਿਹਾ ਨਾ ਗਿਆ ਤੇ ਮੈਂ ਆਪਣੇ ਦਾਦਾ ਜੀ ਨੂੰ ਕਿਹਾ ਵੀ ਇਹ ਵਾਰ ਵਾਰ ਇਹੀ ਇਕੱਲਾ ਆਈ ਜਾਂਦਾ ਆ। ਕਹਿੰਦੇ ਮੇਰੇ ਦਾਦਾ ਜੀ ਨੇ ਇੱਕੋ ਗੱਲ ਕਹੀ ਵੀ ਜਦੋਂ ਤੱਕ ਇਹਦੀ ਭੁੱਖ ਤੇ ਲੋੜ ਪੂਰੀ ਨਹੀਂ ਹੁੰਦੀ
ਉਦੋਂ ਤੱਕ ਇਹਨੂੰ ਦੇਈ ਜਾਣਾ, ਮਹਾਰਾਜ ਨੇ ਮੇਰੀ ਜ਼ਿੰਮੇਵਾਰੀ ਲਾਈ ਹੈ, ਮੇਰਾ ਫਰਜ਼ ਹੈ। ਕਹਿਣ ਦਾ ਭਾਵ ਇਹ ਹੈ ਕਿ ਜੋ ਅਸੀਂ ਗੁਰਬਾਣੀ ਵਿੱਚੋਂ, ਗੁਰ ਇਤਿਹਾਸ ਦੇ ਵਿੱਚੋਂ, ਸਾਡੇ ਰੋਜ਼ਾਨਾ ਆਲੇ ਦੁਆਲੇ ਦੇ ਜੀਵਨ ਦੇ ਵਿੱਚੋਂ ਸਿੱਖਦੇ ਹਾਂ, ਉਹਦਾ ਸਾਡੇ ਆਪਣੇ ਜੀਵਨ ਦੇ ਉੱਪਰ ਪ੍ਰਭਾਵ ਹੈ ਜਾਂ ਨਹੀਂ ਹੈ। ਤਾਂ ਗੁਰਬਾਣੀ ਨੂੰ ਅਸੀਂ ਕਿਸ ਢੰਗ ਦੇ ਵਿੱਚ ਪੜ੍ਹਦੇ ਹਾਂ, ਕੋਈ ਕਿੰਨੀ ਗ੍ਰੈਮਰ ਜਾਣਦਾ ਆ, ਕੋਈ ਕਿੰਨੀਆਂ ਲਗਾ ਮਾਤਰਾ ਸ਼ੁੱਧਤਾ ਨਾਲ ਪੜ੍ਹ ਲੈਂਦਾ ਹੈ, ਕੋਈ ਕਿੰਨੇ ਉਹਦੇ ਅਰਥ ਭਾਵ ਸਮਝ ਲੈਂਦਾ, ਕਿਹਨੂੰ ਕਿੰਨੇ ਪਦ ਅਰਥ ਆਉਂਦੇ ਨੇ, ਕਿਹਨੂੰ ਕਿੰਨੀਆਂ ਨਾਲ ਸਾਖੀ ਪ੍ਰਮਾਣ ਦੇਣੇ ਆਉਂਦੇ ਹੈ, ਇਹ ਸਾਰੀਆਂ ਸਕਿੱਲਸ ਨੇ। ਜੀਵਨ ਹੈ ਜਿਹੜਾ ਉਹ ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵ ਹੈ, ਇਹਦੇ ਆਧਾਰਿਤ ਚੱਲਦਾ ਆ। ਤਾਂ ਅਸੀਂ ਜੀਵਨ ਕਮਾਉਣਾ ਆ, ਸਿੱਖੀ ਜੀਵਨ ਬਣਾਉਣਾ ਆ, ਤੇ ਧਰਮ ਨਿਭਾਉਣਾ ਆ, ਗ੍ਰਸਤ ਪੁਗਾਉਣਾ ਆ, ਇਹਨਾਂ ਚੀਜ਼ਾਂ ਦੇ ਵਿੱਚ ਚੱਲਦਿਆਂ ਹੋਇਆਂ ਸਿੱਖੀ ਦੀ ਖੁਸ਼ਬੋਈ ਖਿਲਾਰਨੀ ਹੈ। ਉਹ ਤਾਂ ਹੀ ਹੋਏਗੀ ਵੀ ਜੇ ਫੁੱਲ ਦੇ ਵਿੱਚ ਆਪ ਸੁਗੰਧੀ ਹੋਵੇ। ਤੁਸੀਂ ਸਾਰੇ ਸਿਆਣੇ ਇਸ ਖੇਤਰ ਦੇ ਵਿੱਚ ਲੰਬੇ ਸਮੇਂ ਤੋਂ ਪਏ ਹੋਏ ਹੋ, ਤੁਹਾਡੇ ਕੋਲੇ ਜ਼ਿੰਦਗੀ ਦਾ ਵੱਡਾ ਤਜਰਬਾ ਆ। ਮੇਰੇ ਕੋਲੇ ਸਿਰਫ ਪੜ੍ਹੀਆਂ ਹੋਈਆਂ ਸੁਣੀਆਂ ਹੋਈਆਂ ਗੱਲਾਂ ਦਾ ਸੰਗ੍ਰਹਿ ਹੈ, ਉਹ ਇਕੱਠਾ ਕਰਕੇ ਮੈਂ ਸਟੇਜ ਤੇ ਸੁਣਾ ਦੇਣਾ ਆ, ਇਕੱਠਾ ਕੀਤਾ ਹੋਇਆ ਮੈਂ ਇੱਥੇ ਤੁਹਾਡੇ ਨਾਲ ਸਾਂਝਾ ਕਰ ਲੈਣਾ ਆ। ਪਰ ਐਟ ਦ ਐਂਡ ਆਫ ਦ ਡੇ ਕਹਾਣੀ ਫਿਰ ਉੱਥੇ ਆ ਜਾਣੀ ਹੈ ਵੀ ਮੈਂ ਜੋ ਗੱਲਾਂ ਤੁਹਾਨੂੰ ਕਹਿ ਰਿਹਾ ਉਹਦੇ ਤੋਂ ਮੇਰਾ ਆਪਣਾ ਜੀਵਨ ਕਿੰਨਾ ਕੁ ਪ੍ਰਭਾਵਿਤ ਆ, ਜਾਂ ਜਿਹੜੀਆਂ ਗੱਲਾਂ ਹੁਣ ਤੱਕ ਪੰਥ ਜਿਹਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਪ੍ਰਚਾਰ ਪ੍ਰਸਾਰ ਕਰ ਰਿਹਾ ਉਹ ਸਾਡੇ ਜੀਵਨ ਦੇ ਵਿੱਚ ਕਿਉਂ ਨਹੀਂ ਪ੍ਰਗਟ ਹੋ ਰਹੀਆਂ, ਸਗੋਂ ਲਗਾਤਾਰ ਅਸੀਂ ਵਾਹਿਗੁਰੂ ਤਬਾਹੀ ਵੱਲ ਵੱਧਦੇ ਜਾ ਰਹੇ ਹਾਂ। ਮੈਨੂੰ ਮੈਨੂੰ ਯਾਦ ਹੈ ਇੱਕ ਸ਼ਾਇਦ ਸਿੱਖ ਮਿਸ਼ਨਰੀ ਕਾਲਜ ਦਾ ਹੀ ਇੱਕ ਪੈਂਫਲੇਟ ਸੀਗਾ, ਸ਼ਰਾਬ ਸੋਸ਼ਲ ਡਰਿੰਕਿੰਗ ਕੁਐਸਚਨ ਮਾਰਕ ਲਾਇਆ ਹੋਇਆ ਸੀ। ਵਾਹਿਗੁਰੂ ਅੱਜ ਤੋਂ 20 ਸਾਲ ਪਹਿਲਾਂ ਮੈਂ ਪੜ੍ਹਿਆ ਸੀ। ਤੇ ਹੁਣ ਸੋਸ਼ਲ ਡਰਿੰਕਿੰਗ ਹੈ ਜਿਹੜੀ ਉਹ ਇੰਨੀ ਕੁ ਨੋਰਮਲਾਈਜ਼ ਹੋ ਚੁੱਕੀ ਹੈ ਸਿੱਖ ਕਮਿਊਨਿਟੀਜ਼ ਦੇ ਵਿੱਚ, ਜਿਵੇਂ ਅੱਗੇ ਹੁੰਦਾ ਸੀ ਸੁਣਦੇ ਹੀ ਹੈ ਵੀ ਲੋਕਾਂ ਨੇ ਧਾਰਨਾ ਬਣਾ ਲਈ ਹੈ ਵੀ ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਤਾਂ ਪੰਜਾਬੀ ਨਹੀਂ ਹੈਗਾ। ਹੁਣ ਉਹ ਚੀਜ਼ ਪੰਜਾਬੀ ਦੀ ਥਾਂ ਤੇ ਸਿੱਖਾਂ ਨਾਲ ਜੁੜ ਚੁੱਕੀ ਹੈ ਵੀ ਜਿਹੜਾ ਸ਼ਰਾਬ ਹੀ ਨਹੀਂ ਪੀਂਦਾ ਪਿਆਉਂਦਾ ਉਹ ਕਾਹਦਾ ਸਿੱਖ, ਕਿਉਂਕਿ ਸਿੱਖ ਆਪਣੇ ਆਪ ਨੂੰ ਹਰ ਕੋਈ ਕਲੇਮ ਕਰ ਰਿਹਾ ਹੈ। ਜਿਹਨੇ ਗੁਰਦੁਆਰਾ ਸਾਹਿਬ ਸਾਲ ਦੇ ਵਿੱਚ ਸਿਰਫ ਨਿਊ ਈਅਰ ਤੇ ਮੱਥਾ ਟੇਕਣਾ ਆ ਉਹ ਵੀ ਆਪਣੇ ਆਪ ਨੂੰ ਸਭ ਤੋਂ ਵੱਡਾ ਸਿੱਖ ਕਲੇਮ ਕਰ ਰਿਹਾ ਹੈ, ਕਰੇ ਮੁਬਾਰਕ ਆ। ਪਰ ਜਿਹੜਾ ਗੁਰੂ ਸਾਹਿਬ ਨੇ ਫਲਸਫਾ ਦਿੱਤਾ ਆ, ਸਿੱਖਿਆਵਾਂ ਦਿੱਤੀਆਂ ਨੇ, ਉਹਨਾਂ ਦਾ ਕਿਤੇ ਪ੍ਰਗਟਾਵਾ ਨਹੀਂ ਹੋ ਰਿਹਾ ਸਾਡੇ ਡੇਲੀ ਜੀਵਨ ਦੇ ਵਿੱਚੋਂ। ਮੈਂ ਤਾਂ ਕੱਲ ਇੱਕ ਚੀਜ਼ ਪੜ੍ਹ ਰਿਹਾ ਸੀਗਾ ਉਹਦੇ ਉੱਪਰ ਕਿ ਅਸੀਂ ਤਾਂ ਕਈ ਵਾਰੀ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈ ਇੰਨੇ ਫਸੇ ਹੋਏ ਮਹਿਸੂਸ ਕਰਦੇ ਹਾਂ ਕਿ ਅਸੀਂ ਵਿੱਚ ਵਿਚਾਲੇ ਜੇ ਹਾਂ, ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ, ਨਾ ਤਾਂ ਅਸੀਂ ਪੂਰਨ ਪੰਥਕ ਤੌਰ ਤੇ ਹੋ ਕੇ ਤੁਰ ਸਕੇ ਵੀ ਅਸੀਂ ਦ੍ਰਿੜਤਾ ਦੇ ਨਾਲ ਗੁਰੂ ਦੀ ਗੱਲ ਕਹਿ ਕਰ ਸਕੀਏ ਕਿਉਂਕਿ ਨੌਕਰੀ ਪੇਸ਼ੇ ਦੀ ਕਹਾਣੀ ਹੈ, ਤੇ ਨਾ ਅਸੀਂ ਇਸ ਚੀਜ਼ ਨੂੰ ਛੱਡ ਕੇ ਤੇ ਹੋਰ ਕੰਮ ਕੀਤਾ ਹੀ ਕਰ ਸਕੇ। ਠੀਕ ਹੈ, ਜਿਹੜੇ ਕੰਮ 'ਚ ਅਸੀਂ ਸੰਪੂਰਨ ਨਹੀਂ ਹੈਗੇ, ਆਪਣੇ ਆਪ ਦੇ ਨਾਲ ਇਮਾਨਦਾਰ ਨਹੀਂ ਹੈਗੇ, ਉਹਨੂੰ ਅਸੀਂ ਛੱਡ ਹੀ ਦਈਏ, ਉਹ ਵੀ ਨਹੀਂ ਸਾਡੇ ਤੋਂ ਹੋ ਰਿਹਾ ਤੇ ਵਿੱਚ ਵਿਚਾਲੇ ਜੇ ਫਸੇ ਹੋਏ ਹੈ। ਤੋ ਮੈਂ ਸਮਝਦਾ ਹਾਂ ਜੀ ਵੀ ਸਾਡਾ ਜਿਹੜਾ ਮੌਜੂਦਾ ਜੀਵਨ ਹੈ ਨਿੱਜ ਜੀਵਨ, ਨਾ ਮੈਂ ਪੰਥਕ ਜੀਵਨ ਦੀ ਗੱਲ ਕਰਾਂ, ਨਾ ਮੈਂ ਹਲੇ ਹੋਰ ਵੀ ਪੰਥ ਦੇ ਵਾਸਤੇ, ਕਿਉਂਕਿ ਪੰਥ ਦੇ ਵਾਸਤੇ ਕੁਰਬਾਨੀਆਂ, ਪੰਥ ਦੇ ਵਾਸਤੇ ਉਹੀ ਕੁਝ ਕਰ ਸਕਦਾ ਹੈ ਜਿਹੜਾ ਆਪਣੇ ਆਪ ਦੇ ਵਾਸਤੇ ਕੁਝ ਕਰਨ ਵਾਸਤੇ ਹਰ ਰੋਜ਼ ਉੱਦਮ ਕਰਦਾ ਹੈ। ਜਿਹਨੇ ਮੈਂ ਨਾ ਪਿਛਲੇ ਹਫ਼ਤੇ ਵਿਰਜੀ ਹਰਜੀਤ ਸਿੰਘ ਜੀ ਤੁਸੀਂ ਸੀਗੇ ਸੰਡੇ ਨੂੰ ਇੱਥੇ ਗੁਰਦੁਆਰਾ ਸਾਹਿਬ,
ਨਹੀਂ ਮੈਂ ਨਹੀਂ ਸੀ ਸੰਡੇ ਨੂੰ ਹੈਗਾ, ਸੰਡੇ ਦੀਪ ਓਕੇ ਸਿੰਘ ਸੀ। ਸੰਡੇ ਨੂੰ ਨਾ, ਸੰਡੇ ਨੂੰ ਇੱਕ ਕਹਿੰਦੇ ਇੱਥੇ ਨੌਜਵਾਨ ਆਇਆ, ਉਹ ਨਵਾਂ ਹੀ ਕਹਿੰਦੇ ਗੁਰਦੁਆਰਾ ਸਾਹਿਬ ਆਉਣ ਲੱਗਿਆ ਹੈਗਾ ਆ, ਉਹ ਹੋਰ ਕਮਿਊਨਿਟੀ ਦੇ ਵਿੱਚੋਂ ਆਉਂਦਾ ਆ, ਤੇ ਉਹਨੇ ਮੈਂ ਜੋ ਕਥਾ ਕਰ ਰਿਹਾ ਸੀਗਾ ਥੋੜੀ ਬਹੁਤੀ ਅੰਗਰੇਜ਼ੀ ਪੰਜਾਬੀ ਦੇ ਵਿੱਚ ਮਿਕਸਚਰ, ਤੇ ਉਹਨੇ ਬਾਅਦ 'ਚ ਆ ਕੇ ਮੈਨੂੰ ਲੰਗਰ ਹਾਲ ਦੇ ਵਿੱਚ ਪੁੱਛਿਆ ਵੀ ਐਸੈਂਸ ਕੀ ਹੈ ਇਸ ਚੀਜ਼ ਦਾ ਅੱਜ ਤੁਹਾਡੀ ਕਥਾ ਦਾ। ਤੇ ਉਹਦੀ ਪਹਿਲੀ ਲਾਈਨ ਸੀਗੀ ਉਹ ਸਲੋਕ ਦੀ, ਜਾਂ ਤੂੰ ਵੱਡਾ ਸਭ ਵਡਿਆਈਆਂ, ਚੰਗਾ ਚੰਗਾ ਹੋਈ। ਤੇ ਉਹਦੇ ਵਿੱਚੋਂ ਮੈਨੂੰ ਇੰਨਾ ਕੁ ਕਹਿੰਦੇ ਆ ਨੁਕਤਾ ਉਹਦੇ ਵਾਸਤੇ ਸ਼ੇਅਰ ਕਰਨ ਦਾ ਦਿਮਾਗ 'ਚ ਔੜਿਆ ਵੀ ਚੰਗਾ ਚੰਗਾ ਹੋਈ, ਤੇ ਚੰਗੇ ਤੋਂ ਹੀ ਚੰਗਾ ਕੁਝ ਵਾਪਰ ਸਕਦਾ ਆ। ਤੇ ਆਮ ਕਰਕੇ ਸਾਡਾ ਹਮੇਸ਼ਾ ਇੱਕ ਸਵਾਲ ਜਾਂ ਇੰਝ ਕਹਿ ਲਓ ਲੋਚਾ ਹੁੰਦੀ ਹੈ ਵੀ ਮੈਂ ਕੁਝ ਚੰਗਾ ਕਰਾਂ, ਮੈਂ ਸਮਾਜ ਦੇ ਵਾਸਤੇ ਕੁਝ ਚੰਗਾ ਕਰਾਂ, ਮੈਂ ਕੁਝ ਪੜ੍ਹ ਰਿਹਾ, ਮੈਂ ਸਮਾਜ ਵਾਸਤੇ ਕੁਝ ਚੰਗਾ ਕਰਨਾ ਚਾਹੁੰਦਾ, ਮੈਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜ ਰਿਹਾ, ਮੈਂ ਸਮਾਜ ਵਾਸਤੇ ਕੁਝ ਚੰਗਾ ਕਰਨਾ ਚਾਹੁੰਦਾ, ਮੈਂ ਧਰਮ ਦਾ ਪ੍ਰਚਾਰ ਦਾ ਖੇਤਰ ਚੁਣਿਆ ਕਿਉਂਕਿ ਮੈਂ ਕੁਝ ਚੰਗਾ ਕਰਨਾ ਚਾਹੁੰਦਾ ਹਾਂ। ਡੂ ਗੁੱਡ, ਉਹਦੇ ਨਾਲੋਂ ਪਹਿਲਾਂ ਜਿਹੜੀ ਚੀਜ਼ ਹੈਗੀ ਉਹ ਹੈਗੀ ਹੈ ਬੀ ਗੁੱਡ, ਚੰਗਾ ਚੰਗਾ ਹੋਈ। ਜਿਹੜਾ ਚੰਗਾ ਹੈ ਉਹਦੇ ਤੋਂ ਚੰਗੇ ਦੀ ਹੀ ਆਸ ਹੈ ਤੇ ਚੰਗਾ ਹੀ ਉਹਦੇ ਤੋਂ ਵਾਪਰਨਾ ਹੈ। ਇਸ ਕਰਕੇ ਕੁਝ ਚੰਗਾ ਕਰਨਾ ਚਾਹੁੰਦੇ ਹੋ, ਆਪ ਚੰਗੇ ਹੋ ਜਾਓ। ਤੋ ਮੈਨੂੰ ਇੰਝ ਲੱਗਦਾ ਹੈਗਾ ਆ ਸਾਨੂੰ ਆਪਣੇ ਨਾ ਡੇਲੀ ਲਾਈਫ ਦੇ ਵਿੱਚ ਗੁਰਬਾਣੀ ਨੂੰ ਉਸ ਢੰਗ ਦੇ ਨਾਲ ਦੁਬਾਰਾ ਲੈ ਕੇ ਆਉਣ ਦੀ ਲੋੜ ਆ, ਭਾਵੇਂ ਅਸੀਂ ਦੋ ਅੰਗ ਸਹਿਜ ਪਾਠ ਦੇ ਕਰਦੇ ਹਾਂ ਤੇ ਭਾਵੇਂ ਅਸੀਂ ਪੰਥਕ ਕੌਮੀ ਨੇਮ ਦੇ ਅਨੁਸਾਰ ਪੂਰਾ ਨਿਤਨੇਮ ਕਰਦੇ ਹਾਂ। ਗੁਰਬਾਣੀ ਨੂੰ ਡੇਲੀ ਲਾਈਫ ਦੇ ਵਿੱਚ ਲੈ ਕੇ ਆਉਣ ਵਾਸਤੇ ਕੀ ਕੁਝ ਕੀਤਾ ਗਿਆ ਆ, ਕੀ ਕੁਝ ਹੋਰ ਕੀਤਾ ਜਾ ਸਕਦਾ ਆ, ਜਿਹੜੀਆਂ ਸਾਡੇ ਬਜ਼ੁਰਗਾਂ ਨੇ ਪੁਰਖਿਆਂ ਨੇ ਪੈੜਾਂ ਪਾਈਆਂ ਨੇ, ਉਹਨਾਂ 'ਚ ਅਸੀਂ ਤੁਰਦਿਆਂ ਹੋਏ ਆ, ਅਗਾਂਹ ਦਾ ਰਾਹ ਕਿਵੇਂ ਲੱਭ ਸਕਦੇ ਹਾਂ, ਇਹਨਾਂ ਚੀਜ਼ਾਂ ਦੇ ਉੱਪਰ ਥੋੜੀ ਜਿਹੀ ਹੁਣ ਹੋਰ ਦੀਰਘ ਵਿਚਾਰ ਹੋਣ ਦੀ ਲੋੜ ਆ। ਗੁਰਬਾਣੀ ਜਿਹੜੀ ਸਾਡੀ ਸਾਈਕੋਲੋਜੀ ਤੋਂ ਲੈ ਕੇ ਸਾਈਕੈਟਰੀ ਦੀ ਗੱਲ ਕਰਦੀ ਹੈ, ਮਨੋਵਿਗਿਆਨ ਦੀ ਗੱਲ ਕਰਦੀ ਹੈ, ਮਨੋਰੋਗਾਂ ਦੀ ਗੱਲ ਕਰਦੀ ਹੈ, ਉਸ ਚੀਜ਼ ਦੇ ਵਿੱਚ ਇੱਕ ਵੱਡਾ ਖਲਾਅ ਪੈਦਾ ਹੁੰਦਾ ਜਾ ਰਿਹਾ। ਹੁਣ ਆਨੰਦ ਸਾਹਿਬ ਦੀਆਂ ਪੰਗਤੀਆਂ ਸਾਰੇ ਹੀ ਸੁਣਦੇ ਨੇ, ਪਰ ਇਹ ਪੰਗਤੀਆਂ ਜੀਵਨ ਦੀ ਥਾਂ ਦੇ ਉੱਪਰ ਸਿਰਫ ਦੀਵਾਨ ਦੀ ਸਮਾਪਤੀ ਦਾ ਹਿੱਸਾ ਬਣ ਕੇ ਰਹਿ ਗਈਆਂ ਨੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਹੁਣ ਦੀਵਾਨ ਦੀ ਸਮਾਪਤੀ ਦਾ ਹਿੱਸਾ ਬਣ ਕੇ ਰਹਿ ਗਈਆਂ ਨੇ, ਜੀਵਨ ਦਾ ਹਿੱਸਾ ਨਹੀਂ ਬਣਿਆ। ਇਹ ਬਾਣੀ ਸੁਣਦੇ ਆ ਤੇ ਦੁੱਖ ਰੋਗ ਦੂਰ ਹੁੰਦੇ ਆ, ਪਰ ਜਿੰਨੀ ਮੈਂਟਲ ਹੈਲਥ ਇਸ ਵਕਤ ਪੰਜਾਬੀ ਕਮਿਊਨਿਟੀ ਦੇ ਵਿੱਚ ਚਰਚਾ ਦਾ ਵਿਸ਼ਾ ਆ, ਸ਼ਾਇਦ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਵੀ ਨਾ ਹੋਵੇ, ਕਿਉਂਕਿ ਉਹਨਾਂ ਦੇ ਵਿੱਚ ਹੈ ਕਿ ਜੇ ਤੁਹਾਨੂੰ ਕੋਈ ਮੈਂਟਲ ਇਸ਼ੂ, ਮੈਂਟਲ ਪ੍ਰੋਬਲਮ ਹੈ, ਸੀ ਅ ਡਾਕਟਰ। ਆਪਣੇ ਪੰਜਾਬੀ ਸੁਭਾਅ ਦੇ ਵਿੱਚ, ਸਿੱਖੀ ਸੁਭਾਅ ਦੇ ਵਿੱਚ ਇਹ ਹੈ ਕਿ ਚੀਜ਼ ਨੂੰ ਆਪਣੇ ਤੱਕ ਸੀਮਤ ਰੱਖੋ, ਦਬਾ ਕੇ ਰੱਖੋ, ਲੋਕ ਕੀ ਕਹਿਣਗੇ, ਕਿਸੇ ਨੂੰ ਕੋਈ ਮੈਂਟਲ ਇਸ਼ੂ ਹੈ, ਦੁਨੀਆ ਕੀ ਕਹੇਗੀ। ਲੈ ਇਹ ਤਾਂ ਹਰ ਰੋਜ਼ ਬਾਣੀ ਪੜ੍ਹਦਾ ਆ, ਇਹ ਬਾਣੀ ਪੜ੍ਹਨ ਵਾਲੇ ਨੂੰ ਵੀ ਇੰਨਾ ਮਾਨਸਿਕ ਰੋਗ ਜਾਂ ਸੰਤਾਪ ਹੋ ਰਿਹਾ ਆ, ਉਹ ਇਸ ਕਰਕੇ ਹੋ ਰਿਹਾ ਕਿ ਗੁਰਬਾਣੀ ਜਿਸ ਢੰਗ ਦੇ ਨਾਲ ਮਨੋਰੋਗ ਦਾ ਇਲਾਜ ਕਰਦੀ ਹੈ ਨਾਮ ਔਖਦ ਦੇ ਨਾਲ, ਉਹਦੀ ਵਿਧੀ ਸਾਡੇ ਕੋਲ ਮੌਜੂਦ ਨਹੀਂ ਹੈ। ਦਵਾਈਆਂ ਪਈਆਂ ਨੇ, ਖਾਣ ਦਾ ਢੰਗ ਗੁਰੂ ਸਾਹਿਬ ਨੇ ਦੱਸਿਆ ਹੋਇਆ, ਬਾਵਜੂਦ ਇਸ ਦੇ ਸਾਡੇ ਤੋਂ ਉਸ ਢੰਗ ਦੇ ਨਾਲ ਦਵਾਈ ਖਾਧੀ ਨਹੀਂ ਜਾ ਰਹੀ, ਪਰਹੇਜ਼ ਹੋ ਨਹੀਂ ਰਿਹਾ, ਮਨੋਰੋਗ ਵੱਧਦਾ ਜਾ ਰਿਹਾ। ਗੁਰਬਾਣੀ ਉੱਥੇ ਕਿਵੇਂ ਕਾਰਗਰ ਹੁੰਦੀ ਹੈ, ਗੁਰਬਾਣੀ ਕਿੱਦਾਂ ਉੱਥੇ ਇੰਪਲੀਮੈਂਟ ਹੋ ਸਕਦੀ ਹੈ ਮੈਂਟਲ ਹੈਲਥ ਦੇ ਵਾਸਤੇ, ਕਿਉਂਕਿ ਹੁਣ ਜਿਹੜੇ ਇਸ ਵੇਲੇ ਪੰਥਕ ਦੌਰ ਦੇ ਜਿਹੜੇ ਵਿਸ਼ੇ ਨੇ ਚਿੰਤਾ ਦੇ, ਉਹ ਇਕੱਲੇ ਹੁਣ ਇਹ ਨਹੀਂ ਵੀ ਕਰਮ ਕਾਂਡ ਆ। ਕਰਮ ਕਾਂਡ ਜਿਹੜੇ ਬਜ਼ੁਰਗ ਕਰਦੇ ਆਏ ਨੇ ਉਹਨਾਂ ਦੇ ਵਿੱਚੋਂ ਬਹੁਤ ਅਸੀਂ ਜ਼ੋਰ ਲਾ ਲਈਏ ਤੇ 5% ਲੋਕਾਂ ਨੇ ਕਰਮ ਕਾਂਡ ਛੱਡਣੇ ਤੇ ਜੀਵਨ ਬਦਲਣਾ, 95% ਸਾਡੀ ਐਨਰਜੀ ਸਿਰਫ ਕਰਮ ਕਾਂਡਾਂ ਨੂੰ ਦੂਰ ਕਰਨ ਤੱਕ ਲੱਗ ਰਹੀ ਹੈ। ਉਹ ਸਾਡੀ ਐਨਰਜੀ ਲੱਗਣੀ ਚਾਹੀਦੀ ਹੈ ਸਾਡੇ ਆਪਣੇ ਆਪ ਦੇ ਉੱਪਰ ਵੀ ਅਸੀਂ ਆਪਣਾ ਆਪ ਨੂੰ ਕਿੱਦਾਂ ਗਰੋ ਕਰੀਏ, ਸਪਿਰਚੁਅਲੀ ਕਿੱਦਾਂ, ਆਤਮਕ ਤੌਰ ਦੇ ਉੱਪਰ ਕਿਵੇਂ, ਮਾਨਸਿਕ ਆਤਮਕ ਪੱਧਰ ਤੇ ਕਿਵੇਂ ਉੱਚੇ ਉੱਠੀਏ,
ਤੇ ਬਾਕੀ ਐਨਰਜੀ ਨਾਲ ਸਾਡੀ ਹੋਣੀ ਚਾਹੀਦੀ ਹੈ ਕਿ ਜੇ ਸਾਡੇ ਆਲੇ ਦੁਆਲੇ ਦੇ ਵਿੱਚ ਕੋਈ ਸਾਡੀ ਕਮਿਊਨਿਟੀ ਦੇ ਵਿੱਚੋਂ ਲੋਕ ਮੈਂਟਲ ਹੈਲਥ ਦੇ ਨਾਲ ਇਸ ਕ੍ਰਾਈਸਿਸ ਦੇ ਨਾਲ ਸਟਰਗਲ ਕਰ ਰਹੇ ਹੈ ਤੇ ਉਹਦੇ ਵਾਸਤੇ ਅਸੀਂ ਗੁਰੂ ਸਾਹਿਬ ਦੀ ਬਾਣੀ ਜਿਹੜਾ ਚਾਨਣ ਮੁਨਾਰਾ ਹੈ ਉੱਥੋਂ ਤੱਕ ਉਹਨਾਂ ਦੀ ਅਪਰੋਚ ਕਿਵੇਂ ਕਰਵਾਈਏ। ਅੱਜ ਜਿਹੜੇ ਚਿੰਤਾ ਦੇ ਵਿਸ਼ੇ ਨੇ ਉਹ ਹੋਰ ਨੇ। ਹੁਣ ਵਿਸ਼ਾ ਚਿੰਤਾ ਦਾ ਇਕੱਲਾ ਜਿਹੜਾ ਹੈਗਾ ਪੁਰਾਣੇ ਸਮਿਆਂ ਦਾ ਉਹ ਨਹੀਂ ਰਹਿ ਗਿਆ, ਸਮੇਂ ਦੇ ਹਿਸਾਬ ਦੇ ਨਾਲ ਚਿੰਤਾ ਦੇ ਵਿਸ਼ੇ ਵੀ ਬਦਲ ਚੁੱਕੇ ਹੈ। ਗੁਰਬਾਣੀ ਉਹੀ ਹੈ, ਗੁਰਬਾਣੀ ਨੀਤਨਾਵਾਂ ਦਾ ਉਪਦੇਸ਼ ਹਰ ਰੋਜ਼ ਹੀ ਦਿੰਦੀ ਹੈ ਤੇ ਗੁਰਬਾਣੀ ਨੇ ਜੋ ਅੱਜ ਤੋਂ ਪਹਿਲਾਂ ਇਲਾਜ ਕੀਤੇ ਹੈ ਗੁਰਬਾਣੀ ਅੱਜ ਵੀ ਉਹੀ ਸਮਰੱਥਾ ਰੱਖਦੀ ਹੈ। ਗੁਰਬਾਣੀ ਜੁਗੋ ਜੁਗ ਅਟਲ ਹਰ ਚੀਜ਼ ਦਾ ਹੱਲ ਰੱਖਦੀ ਹੈ। ਜ਼ਿੰਮੇਵਾਰੀ ਸਾਡੇ 'ਤੇ ਪੈ ਜਾਂਦੀ ਹੈ, ਅਸੀਂ ਆਪਣੇ ਨਿੱਜੀ ਜੀਵਨ ਦੇ ਵਾਸਤੇ ਗੁਰਬਾਣੀ 'ਚੋਂ ਕੀ ਲਿਆ ਅਤੇ ਅਗਾਂਹ ਸਮਾਜ ਨੂੰ ਕੀ ਦੇ ਰਹੇ ਹੈ। ਹਾਂਜੀ, ਇੱਥੋਂ ਤੱਕ ਇਸ ਗੱਲ ਦੇ ਵਿੱਚ ਕੋਈ ਤੁਸੀਂ ਦੁਬਾਰਾ ਤੁਹਾਡੇ ਕਿਸੇ ਦੇ ਜ਼ਿਹਨ ਦੇ ਵਿੱਚ ਕੋਈ ਖਿਆਲ ਆਇਆ ਹੋਵੇ ਤਾਂ। ਭਾਈ ਸਾਹਿਬ ਜੀ, ਅਸੀਂ ਸਵਾਲ ਜਵਾਬ ਨਾਲ ਅਖੀਰ ਦੇ ਉੱਤੇ ਕਰਾਂਗੇ, ਆਪ ਜੀ ਆਪਣਾ ਵਿਸ਼ਾ ਕੰਪਲੀਟ ਕਰ ਲਓ ਪਹਿਲੇ, ਮਿਹਰਬਾਨੀ। ਹਾਂਜੀ, ਮੇਰਾ ਵਿਸ਼ਾ ਜਿਹੜਾ ਹੈਗਾ ਹੈ ਜੀ, ਉਹ ਮੇਰਾ ਵਿਸ਼ਾ ਇੰਨਾ ਕੁ ਹੀ ਹੁੰਦਾ ਆ, ਜਾਂ ਮੈਂ ਇੰਜ ਕਹਿ ਲਵਾਂ ਵੀ ਜਿਹੜੀ ਮੂਲ ਗੱਲ ਹੈ ਮੈਂ ਉਹ ਇੰਨੀ ਕੁ ਕਰ ਲੈਣੀ ਹੈਗੀ, ਇੰਨੀ ਕੁ ਮੇਰੀ ਹੋ ਗਈ ਹੈ ਜੀ। ਮੈਂ ਹੁਣ ਉਹਦੀ ਖਿਚਾਈ ਕਰੀ ਜਾਵਾਂ, ਉਹਨੂੰ ਐਵੇਂ ਐਕਸਟੈਂਡ ਕਰੀ ਜਾਵਾਂ, ਕਿਉਂਕਿ ਮੇਨ ਪੁਆਇੰਟ ਜਿਹੜਾ ਮੇਰਾ ਮਕਸਦ ਹੈਗਾ ਆ ਉਹ ਮੈਂ ਤੁਹਾਡੇ ਧਿਆਨ ਗੋਚਰੇ ਕਰਤਾ ਹੈ। ਠੀਕ ਹੈ, ਫਿਰ ਅਸੀਂ ਸੰਗਤ ਪਾਸੋਂ ਰਿਸਪੌਂਸ ਲੈਣੀ ਸ਼ੁਰੂ ਕਰ ਦਿੰਦੇ ਹਾਂ। ਹਾਂਜੀ ਹਾਂਜੀ, ਤੁਸੀਂ ਇਸੇ ਕਰਕੇ ਵੀ ਸੰਗਤ ਦੇ ਕੋਲੇ ਕੀ ਆਈਡੀਆਜ਼ ਹੈਗੇ ਨੇ ਉਹਨਾਂ ਨੂੰ ਆਪਾਂ ਨਾਲ ਜ਼ਰੂਰ ਸ਼ੇਅਰ ਕਰੀਏ, ਕਿਉਂਕਿ ਜਦੋਂ ਗੱਲ ਚੱਲ ਰਹੀ ਹੈ ਉਦੋਂ ਨਾਲ ਨਾਲ ਕੋਈ ਨਾ ਕੋਈ ਬਹੁਤ ਉਸਾਰੂ ਖਿਆਲ ਕਿਸੇ ਦੇ ਮਨ ਦੇ ਵਿੱਚ ਆ ਜਾਂਦਾ ਹੈ। ਠੀਕ ਹੈ ਜੀ, ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਜੀ ਨੇ ਬਿਆਨ ਕੀਤਾ ਹੈ ਉਹ ਸੰਗਤ ਪਾਸੋਂ ਰਿਸਪੌਂਸ ਦੀ ਆਸ ਰੱਖਦੇ ਹਨ ਤੇ ਇਸ ਨੂੰ ਇੱਕ ਜਨਰਲ ਡਿਸਕਸ਼ਨ ਦੇ ਵਜੋਂ ਅਗਲੇ ਅੱਧੇ ਘੰਟੇ ਵਾਸਤੇ ਅਸੀਂ ਜਾਰੀ ਰੱਖਾਂਗੇ। ਤੋ ਸੰਗਤ ਵਿੱਚੋਂ ਜਿਸ ਕਿਸੇ ਨੇ ਵੀ ਕੋਈ ਆਪਣਾ ਫੀਡਬੈਕ ਦੇਣਾ ਹੋਵੇ, ਕਮੈਂਟ ਕਰਨਾ ਹੋਵੇ, ਪਲੀਜ਼ ਹੈਂਡ ਰੇਜ਼ ਕਰੋ, ਅਸੀਂ ਵਾਰੀ ਵਾਰੀ ਇੱਕ ਇੱਕ ਬੰਦੇ ਨੂੰ ਕਾਲ ਕਰਾਂਗੇ ਜੀ। ਹਾਂਜੀ ਸਰ, ਹਰਜੀਤ ਸਿੰਘ ਜੀ ਆਪ ਜੀ ਆਰੰਭ ਕਰੋ। ਭਾਈ ਸਾਹਿਬ ਜੀ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਗੁਰਬਾਣੀ ਨੂੰ ਰੋਜ਼ਾਨਾ ਮਨੁੱਖੀ ਜੀਵਨ ਦੇ ਵਿੱਚ ਲੈ ਕੇ ਆਉਣਾ ਅਤਿ ਜ਼ਰੂਰੀ ਹੈ, ਇਹਦੇ 'ਚ ਕੋਈ ਸਵਾਲ ਹੈ ਹੀ ਨਹੀਂ ਹੈ। ਪਰ ਮੌਜੂਦਾ ਸਮਾਜਿਕ ਢਾਂਚੇ ਦੇ ਵਿੱਚ ਵਿਚਰਦਿਆਂ ਹੋਇਆਂ ਜੀਵਨ ਦੇ ਹਰ ਜਿੰਨੇ ਕੁ ਅਸੀਂ ਦੇਖਦੇ ਹਾਂ, ਜੀਵਨ ਦਾ ਹਰ ਖੇਤਰ ਜਿਹੜਾ ਉਹ ਸਮਾਜ ਤੋਂ ਪ੍ਰਭਾਵਿਤ ਹੋ ਗਿਆ, ਤਾਂ ਦੂਜੇ ਲਫ਼ਜ਼ਾਂ ਅਸੀਂ ਕਹਿ ਲਈਏ ਵੀ ਬਹੁ ਗਿਣਤੀ ਦੇ ਪ੍ਰਭਾਵ ਦੇ ਥੱਲੇ ਸਾਰਾ ਸਮਾਜ ਸਾਡਾ ਚੱਲਦਾ। ਆਪ ਜੀ ਕੁਛ ਇਹਦੇ ਬਾਰੇ ਗਾਈਡ ਕਰੋ ਕਿ ਇਸ ਬਹੁ ਗਿਣਤੀ ਦੇ ਪ੍ਰਭਾਵ ਦੇ ਵਿੱਚੋਂ ਅਸੀਂ ਗੁਰਬਾਣੀ ਨੂੰ ਲੈ ਕੇ ਕਿਸ ਤਰ੍ਹਾਂ ਜ਼ਿੰਦਗੀ ਨੂੰ ਮਾਣ ਸਕਦੇ ਹਾਂ, ਔਰ ਸਾਨੂੰ ਕਿਹੜੀ ਚੀਜ਼ ਦੀ ਚੋਇਸ ਸਾਡੇ ਕੋਲ ਹੈ, ਅਸੀਂ ਕਿੱਦਾਂ ਚੁਣ ਕੇ ਅਸੀਂ ਚੱਲ ਸਕਦੇ ਹਾਂ, ਤਦ ਕਿ ਸਮਾਜ ਨਾਲੋਂ ਵੀ ਨਾ ਟੁੱਟਿਆ ਜਾਵੇ ਤੇ ਇਸ ਗੁਰਬਾਣੀ ਅਨੁਸਾਰ ਆਪਣੇ ਜੀਵਨ ਦੀ ਅੱਗੇ ਜ਼ਿੰਦਗੀ ਉਹ ਹੋਰ ਜੀਆ ਜਾ ਸਕੇ। ਹਾਂਜੀ ਬਿਲਕੁਲ, ਇੱਕ ਚੀਜ਼ ਮੇਰੇ ਹੈਗੀ ਹੈ, ਇਹ ਮੇਰੇ ਮਨ ਦੇ ਵਿੱਚ ਖਿਆਲ ਤਾਂ ਆਇਆ ਕਿ ਇੱਥੇ ਆਪਣੇ ਕੱਲ੍ਹ ਨਾ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਇੱਕ ਵੈਡਿੰਗ ਸੀਗੀ ਤੇ ਜਿਨ੍ਹਾਂ ਦੀ ਵੈਡਿੰਗ ਸੀ ਉਹ ਦੋਵੇਂ ਜੀ ਮੇਰੇ ਕੋਲ ਤਕਰੀਬਨ 2-3 ਸੈਸ਼ਨਸ ਦੇ ਵਾਸਤੇ ਪਤਾ ਕਰਨ ਵਾਸਤੇ ਵੀ ਕੀ ਸੈਟਅਪ ਹੈ ਤੁਹਾਡਾ, ਧਾਰਮਿਕ ਤੌਰ ਦੇ ਉੱਪਰ ਕੀ ਮਰਿਆਦਾ ਆ, ਜਾਂ ਸਿੱਖੀ ਦੇ ਵਿੱਚ ਆਨੰਦ ਕਾਰਜ ਦੀ ਕੀ ਮਹੱਤਤਾ ਆ, ਤੇ ਉਹ ਇੱਥੋਂ ਦੇ ਬੋਰਨ ਬੱਚੇ ਨੇ ਉਹ ਆਏ। ਉਸ ਚੀਜ਼ ਨੂੰ ਲੈ ਕੇ ਮੈਂ ਥੋੜ੍ਹੀ ਜਿਹੀ ਗੂਗਲ ਦੇ ਉੱਪਰ ਵੈਸੇ ਹੀ ਸਰਚ ਕੀਤੀ ਕਿ ਜਿਹੜੇ ਕੋਈ ਪ੍ਰੀ ਵੈਡਿੰਗ ਕਾਉਂਸਲਿੰਗ ਕੋਰਸਿਸ ਹੈਗੇ ਨੇ ਜਿਹੜੇ ਟੈਕਸਸ ਸਟੇਟ ਦੇ ਵਿੱਚ ਮੈਂਡੇਟਰੀ ਹੋਣ ਜਾਂ ਉਹ ਰਿਕਮੈਂਡਡ ਹੋਣ, ਇਸ ਚੀਜ਼ ਨੂੰ ਲੈ ਕੇ ਮੈਂ ਥੋੜ੍ਹਾ ਜਿਹਾ ਪੜ੍ਹਿਆ ਤੇ ਮੈਨੂੰ ਮੇਰੇ ਧਿਆਨ 'ਚ ਆਇਆ ਵੀ ਇੱਥੇ ਇਹ ਰੈਕਮੈਂਡ ਕਰਦੇ ਆ ਕਿ 8-10 ਘੰਟਿਆਂ ਦਾ ਤੁਹਾਡਾ ਇੱਕ
ਪ੍ਰੀ ਵੈਡਿੰਗ ਕਾਉਂਸਲਿੰਗ ਕੋਰਸ ਹੋਣਾ ਚਾਹੀਦਾ ਆ। ਉਹ 8 ਤੋਂ 10 ਘੰਟੇ ਜਿਹੜੇ ਨੇ ਉਹ ਤੁਸੀਂ 8 ਤੋਂ 10 ਵੀਕਸ ਦੇ ਵਿੱਚ ਵੀ ਕਰ ਸਕਦੇ ਹੋ, 4 ਵੀਕਸ ਦੇ ਵਿੱਚ ਵੀ ਕਰ ਸਕਦੇ ਹੋ। ਇੱਕ ਸਿਟਿੰਗ ਦੇ ਵਿੱਚ 2 ਘੰਟੇ ਤੁਸੀਂ ਕਿਸੇ ਚਰਚ ਦੇ ਪਾਦਰੀ ਦੇ ਨਾਲ ਜਾਂ ਕਿਸੇ ਰਬਾਏ ਦੇ ਨਾਲ ਜਾਂ ਕਿਸੇ ਪੰਡਿਤ ਦੇ ਨਾਲ ਇਮਾਮ ਦੇ ਨਾਲ ਤੁਸੀਂ ਬੈਠੋ। ਤੇ ਉਹਦੇ ਵਿੱਚ ਮੈਂ ਦੇਖਿਆ ਵੀ ਆਪਣੇ ਕਲਚਰ ਦੀ, ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਦੀ ਕਿਤੇ ਕੋਈ ਗੱਲ ਹੈ ਨਹੀਂ ਸੀ। ਇਹਦਾ ਕਹਿਣ ਦਾ ਮਤਲਬ ਇਹ ਹੈ ਵੀ ਸਾਡੇ ਕਲਚਰ ਦੇ ਵਿੱਚ ਇਹ ਚੀਜ਼ ਆ ਹੀ ਨਹੀਂ ਸਕੀ ਕਿ ਪ੍ਰੀ ਵੈਡਿੰਗ ਕਾਉਂਸਲਿੰਗ ਹੋਵੇ। ਜਿਨ੍ਹਾਂ ਦਾ ਆਨੰਦ ਕਾਰਜ ਹੋਣਾ ਹੈ ਉਹ ਭਾਈ ਸਾਹਿਬ ਕੋਲੇ ਜਾਣ, ਉਹਨਾਂ ਤੋਂ ਧਾਰਮਿਕ ਮਰਿਆਦਾ ਤੋਂ ਲੈ ਕੇ ਤੇ ਚਾਰ ਲਾਵਾਂ ਦਾ ਜਿਹੜਾ ਭਾਵ ਹੈ ਉਹਨਾਂ ਦੇ, ਜਿਹੜਾ ਸਿਰਫ ਸੈਰਮਨੀ ਦੇ ਵਾਸਤੇ ਨਹੀਂ ਉਹਨਾਂ ਦੀ ਪੂਰੀ ਲਾਈਫ ਦੇ ਵਿੱਚ ਨਾਲ ਚੱਲਣਾ ਆ। ਚਾਰ ਲਾਵਾਂ ਦਾ ਭਾਵ ਪੂਰੀ ਲਾਈਫ ਦੇ ਵਿੱਚ ਉਹਨਾਂ ਦੇ ਨਾਲ ਚੱਲਣਾ ਆ। ਤੇ ਉੱਥੇ ਮੈਨੂੰ ਹੈਰਾਨੀ ਹੋਈ ਵੀ ਸਿੱਖਾਂ ਦੇ ਵਿੱਚ ਮੌਜੂਦਾ ਦੌਰ ਦੇ ਵਿੱਚ ਪ੍ਰੀ ਵੈਡਿੰਗ ਸ਼ੂਟਿੰਗਸ ਤਾਂ ਬਹੁਤ ਨੇ ਪਰ ਪ੍ਰੀ ਵੈਡਿੰਗ ਕਾਉਂਸਲਿੰਗ ਹੈ ਜਿਹੜੀ ਇਹ ਕਿਤੇ ਵੀ ਨਜ਼ਰ ਨਹੀਂ ਆਉਂਦੀ। ਨਾ ਇਸ ਤਰ੍ਹਾਂ ਦਾ ਮੈਨੂੰ ਕੋਈ ਕੋਰਸ ਲੱਭਿਆ। ਮੈਨੂੰ ਹੋਰ ਧਰਮਾਂ ਦੇ ਕੋਰਸ ਤਾਂ ਥੋੜੀਆਂ ਜਿਹੀਆਂ ਫਾਈਲਾਂ ਮਿਲੀਆਂ ਵੀ ਉਹ ਜਿਹੜੀਆਂ 3-4 ਚੀਜ਼ਾਂ ਨੂੰ ਟਾਰਗੇਟ ਕਰਦੇ ਆ ਜਾਂ ਐਮਫੈਸਾਈਜ਼ ਕਰਦੇ ਆ, ਉਹਦੇ ਵਿੱਚ ਹੈਗੀ ਹੈ ਤੁਹਾਡੀ ਵੈਡਿੰਗ ਕਿਉਂ ਤੋਂ ਲੈ ਕੇ ਤੇ ਫਿਰ ਤੁਹਾਡਾ ਐਜ਼ ਆ ਕਪਲ ਕਿਵੇਂ ਤੁਸੀਂ ਲਾਈਫ ਨੂੰ ਮੇਨਟੇਨ ਕਰਨਾ ਆ, ਤੇ ਉਹਦੇ ਨਾਲ ਨਾਲ ਵੀ ਜਦੋਂ ਤੁਹਾਡੇ ਬੱਚੇ ਹੋ ਜਾਂਦੇ ਆ ਤੇ ਉਦੋਂ ਐਜ਼ ਪੇਰੈਂਟਸ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ। ਇਹ ਉਹਨਾਂ ਦੇ ਵਿਆਹ ਤੋਂ ਪਹਿਲਾਂ ਹੀ ਗੱਲਾਂ ਜਿਹੜੀਆਂ ਨੇ ਇੱਕ ਕਾਉਂਸਲਰ ਜਿਹੜਾ ਰਜਿਸਟਰਡ ਆ ਜਾਂ ਜਿਹੜਾ ਧਾਰਮਿਕ ਸਥਾਨ ਦਾ ਕੋਈ ਅਹੁਦੇਦਾਰ ਆ ਉਹ ਇਹ ਚੀਜ਼ਾਂ ਦੱਸਦਾ ਆ। ਤੇ ਇੱਕ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਇਸ ਪਾਸੇ ਨੂੰ ਜ਼ਰੂਰ ਸਿੱਖ ਮਿਸ਼ਨਰੀ ਕਾਲਜ ਇੱਕ ਵੱਡੀ ਸੰਸਥਾ ਆ, ਇਹ ਕੋਈ ਇਸ ਇੰਡੀਵਿਜੁਅਲ ਦਾ ਕੰਮ ਨਹੀਂ। ਜਿਵੇਂ ਹੋਰ ਬਹੁਤ ਸਾਰਾ ਲਿਟਰੇਚਰ ਤੁਸੀਂ ਛਾਪਿਆ ਆ, ਇੱਦਾਂ ਹੀ ਸਿੱਖ ਮਿਸ਼ਨਰੀ ਕਾਲਜ ਦੇ ਕੋਈ ਜਿਹੜੇ ਮਨੋਵਿਗਿਆਨ ਦੇ ਨਾਲ ਸੰਬੰਧ ਰੱਖਦੇ ਡਾਕਟਰ ਨੇ, ਸਾਈਕੋਲੋਜਿਸਟ ਨੇ, ਸਾਈਕੈਟਰਿਸਟ ਨੇ, ਉਹਦੇ ਨਾਲ ਨਾਲ ਕੋਈ ਪੰਥਕ ਜੀਵਨ ਵੀ ਕਮਾਉਣ ਵਾਲੇ ਹੈ ਤੇ ਜਿਨ੍ਹਾਂ ਨੂੰ ਗੁਰਮਰਿਆਦਾ ਗੁਰਬਾਣੀ ਦੇ ਉੱਪਰ ਵੀ ਪਕੜ ਹੈ, ਉਹਨਾਂ ਨੂੰ ਇਕੱਠੇ ਕਰਕੇ ਇੱਦਾਂ ਦਾ 8-10 ਘੰਟਿਆਂ ਦਾ ਇੱਕ ਕੋਰਸ ਜਿਹੜਾ ਪੰਜਾਬੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਜ਼ਰੂਰ ਤਿਆਰ ਕਰੋ ਤਾਂ ਕਿ ਉਹ ਸਾਡੇ ਕੋਲ ਅਵੇਲੇਬਲ ਹੋਵੇ। ਸਾਡੇ ਕੋਲ ਕੋਈ ਆਨੰਦ ਕਾਰਜ ਦੀ ਬੁਕਿੰਗ ਕਰਾਉਣ ਵਾਸਤੇ ਆਵੇ ਤੇ ਉਹਨਾਂ ਨੂੰ ਦਈਏ ਵੀ ਆਹ ਭਾਈ ਤੁਸੀਂ ਕੋਰਸ ਤੁਹਾਡੇ ਵਾਸਤੇ ਲਾਜ਼ਮੀ ਹੈ ਪੜ੍ਹਨਾ ਆ। ਇਹ ਜਦੋਂ ਕੋਰਸ ਪੜ੍ਹ ਕੇ ਤੁਸੀਂ ਤੇ ਕੰਪਲੀਟ ਕਰ ਲਓਗੇ ਤਾਂ ਉਦੋਂ ਤੁਹਾਨੂੰ ਇਹਦੀ ਕੰਪਲੀਸ਼ਨ ਦਾ ਇੱਕ ਸਰਟੀਫਿਕੇਟ ਵੀ ਗੁਰਦੁਆਰਾ ਸਾਹਿਬ ਵੱਲੋਂ ਦਿੱਤਾ ਜਾਊਗਾ। ਔਰ ਉਹਦਾ ਇੱਕ ਫਾਇਦਾ ਇਹ ਹੁੰਦਾ ਆ, ਇਹਦੇ ਤੇ ਮੈਂ ਥੋੜ੍ਹਾ ਜਿਹਾ ਹੋਰ ਕਾਨੂੰਨੀ ਦਾ ਪੇਚ ਕੀ ਹੈਗੇ ਨੇ ਉਹ ਥੋੜ੍ਹਾ ਜਿਹਾ ਦੇਖੂੰਗਾ, ਕਿਉਂਕਿ ਉਹ ਵੀ ਹੈਗਾ ਆ ਕਿ ਜੇ ਤੁਸੀਂ 8-10 ਘੰਟਿਆਂ ਦਾ ਕੋਰਸ ਕੀਤਾ, ਤੁਹਾਡੇ ਕੋਲ ਉਹਦੇ ਕੰਪਲੀਸ਼ਨ ਦਾ ਸਰਟੀਫਿਕੇਟ ਹੈ, ਤਾਂ ਤੁਹਾਡੀ ਟੈਕਸਸ ਸਟੇਟ ਦੇ ਵਿੱਚ ਜਿਹੜੀ $60 ਮੈਰਿਜ ਲਾਇਸੈਂਸ ਲੈਣ ਦੀ ਫੀਸ ਹੁੰਦੀ ਹੈ ਉਹ ਮਾਫ਼ ਹੋ ਜਾਂਦੀ ਹੈ ਜੇ ਤੁਸੀਂ ਇਹਦਾ ਕੋਰਸ ਸਰਟੀਫਿਕੇਟ ਲਿਆ ਹੋਇਆ। ਤੇ ਇਹਨਾਂ ਚੀਜ਼ਾਂ ਤੇ ਥੋੜ੍ਹਾ ਜਿਹਾ ਹੋਰ ਵਰਕ ਕਰਨ ਦੀ ਲੋੜ ਆ ਵੀ ਆਲਰੇਡੀ ਜਿਹੜਾ ਆਪਣੇ ਕੋਲ ਲਿਟਰੇਚਰ ਪਿਆ ਉਹਦੇ ਵਿੱਚੋਂ ਹੀ ਥੋੜੇ ਥੋੜੇ ਨੁਕਤੇ ਲੈ ਕੇ ਕੋਈ 8-10 ਘੰਟਿਆਂ ਦਾ ਇਸ ਤਰ੍ਹਾਂ ਦਾ ਇੱਕ ਕੋਰਸ ਤਿਆਰ ਹੋਵੇ ਜਿਹੜਾ ਸਾਡੇ ਕੋਲ ਹਰੇਕ ਭਾਸ਼ਾ ਦੇ ਵਿੱਚ ਮੌਜੂਦ ਹੋਵੇ ਤਾਂ ਚੰਗੀ ਗੱਲ, ਨਹੀਂ ਤਾਂ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਤਾਂ ਜ਼ਰੂਰ ਹੋਵੇ ਤਾਂ ਕਿ ਰੈਡੀ ਹੋਵੇ ਕੋਈ ਆਨੰਦ ਕਾਰਜ ਦੇ ਵਾਸਤੇ ਬੁਕਿੰਗ ਕਰਵਾਉਣ ਵਾਸਤੇ ਆਵੇ ਉਹਨਾਂ ਨੂੰ ਕਹੀਏ ਵੀ ਆਹ ਕੋਰਸ ਕਰਨਾ ਜੀ ਤੁਹਾਡੇ ਵਾਸਤੇ ਜ਼ਰੂਰੀ ਹੈ। ਇੰਝ ਕਹਿ ਲਓ ਵੀ ਗੁਰਦੁਆਰਾ ਸਾਹਿਬ ਵੱਲੋਂ ਮੈਂਡੇਟਰੀ ਕਰ ਦਿੱਤਾ ਜਾਵੇ ਵੀ ਭਾਈ ਤੁਸੀਂ ਇਹ ਕੋਰਸ ਕਰਨਾ ਹੀ ਕਰਨਾ ਹੈ, ਤੁਸੀਂ ਪੜ੍ਹੋ। ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਪ੍ਰਿਓਰਿਟੀ ਪਹਿਲਾਂ ਚਾਰ ਲਾਵਾਂ ਦਾ ਭਾਵ ਹੈ, ਉਸ ਤੋਂ ਬਾਅਦ ਸੈਕੰਡਰੀ ਹੈ ਕਿ ਤੁਹਾਡਾ ਡੇਲੀ ਦਾ ਲਾਈਫ ਸਟਾਈਲ ਉਹ ਗੁਰਬਾਣੀ ਦੇ ਨਾਲ ਕਿੱਦਾਂ ਗੁਰੂ ਓਰੀਐਂਟਡ ਹੋਣਾ ਚਾਹੀਦਾ ਆ ਤੇ ਸਮਾਜ ਤੁਹਾਡੇ ਤੋਂ ਕੀ ਐਕਸਪੈਕਟ ਕਰਦਾ ਆ, ਪਰ ਤੁਹਾਡੇ ਆਪਣੇ ਲਾਈਫ ਸਟਾਈਲ ਦੀਆਂ ਗੱਲਾਂ ਨੇ ਜਿਹੜੀਆਂ ਉਹ ਤੁਸੀਂ ਉਹਨਾਂ ਦੇ ਨਾਲ ਕਿਵੇਂ ਟੈਲੀ ਕਰਦੇ ਹੋ ਜਾਂ ਕਿੱਦਾਂ ਨਿਭਾਉਂਦੇ ਹੋ, ਕਾਇੰਡ ਆਫ ਥਿੰਗਸ। ਹਾਂਜੀ, ਇੱਕ ਹੈਂਡ ਰੇਜ਼ ਨੇ ਜੀ, ਉਹਨਾਂ ਚੋਂ ਪਹਿਲਾਂ ਮੈਂ ਰਿਕੁਐਸਟ ਕਰਾਂਗਾ ਸਰ ਜਗਜੀਤ ਸਿੰਘ ਜੀ ਪਲੀਜ਼ ਅਨਮਿਊਟ ਕਰਕੇ ਆਪਣੀ ਗੱਲ ਕਰ ਲਓ। ਸਰ ਜਗਜੀਤ ਸਿੰਘ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕੀ ਫਤਿਹ।
ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਮੇਰਾ ਇੱਕ ਸਵਾਲ ਇਹ ਆ ਵੀ ਜਿਹੜਾ ਤੁਸੀਂ ਹੁਣ ਦੱਸਿਆ ਸਾਰਾ, ਆਮ ਤੌਰ ਤੇ ਨਾ ਜਦੋਂ ਆਪਾਂ ਪ੍ਰਚਾਰਕ ਕਹਿੰਦੇ ਹਾਂ ਵੀ ਸਮਾਜ ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਜਾਂ ਸਿੱਖ ਇਸ ਤਰ੍ਹਾਂ ਚਲੇ ਗਏ ਨੇ, ਨਿਘਾਰ ਵੱਲ ਚਲੇ ਗਏ ਨੇ, ਪਰ ਚੱਕਰ ਇਹ ਆ ਵੀ ਹੁਣ ਬਰਾਬਰ ਉਹਨਾਂ ਪ੍ਰਚਾਰ ਵੀ ਹੋ ਰਿਹਾ। ਹੁਣ ਜਾਂ ਤਾਂ ਇਹ ਪ੍ਰਚਾਰ ਬੰਦ ਵੀ ਪ੍ਰਚਾਰ ਗਲਤ ਆ, ਜਾਂ ਸਿੱਖ ਅਵੇਸਲੇ ਨੇ। ਹੁਣ ਇਹ ਜਾਂ ਤਾਂ ਇਹ ਸਿਸਟਮ, ਇਹ ਪ੍ਰਚਾਰ ਵਾਲਾ ਸਿਸਟਮ ਬੰਦ ਹੋਵੇ, ਜਾਂ ਸਿੱਖਾਂ ਨੂੰ ਦੁਬਾਰਾ ਇਹਦੇ ਬਾਰੇ ਹੋਰ ਜਾਗਰਤ ਕੀਤਾ ਜਾਵੇ ਜੀ। ਓਕੇ, ਮੈਂ ਪ੍ਰਚਾਰ ਇਹ ਤਾਂ ਨਹੀਂ ਕਹਿ ਸਕਦਾ ਵੀ ਪ੍ਰਚਾਰ ਗਲਤ ਹੋ ਰਿਹਾ, ਪਰ ਇਹ ਜ਼ਰੂਰ ਹੋ ਸਕਦਾ ਆ ਕਿ ਸਹੀ ਦਿਸ਼ਾ 'ਚ ਨਹੀਂ ਹੋ ਰਿਹਾ ਗਾ। ਕਿਉਂਕਿ ਜਦੋਂ ਤੁਸੀਂ ਪ੍ਰਚਾਰ ਕਰਨਾ ਹੈ ਨਾ, ਉਦੋਂ ਪ੍ਰਚਾਰ ਦੇ ਵਾਸਤੇ ਤੁਹਾਡਾ ਇੱਕ ਕਹਿੰਦੇ ਆ ਸਪੈਸੀਫਿਕ ਮਿਸ਼ਨ ਹੋਣਾ ਚਾਹੀਦਾ ਆ ਵੀ ਤੁਸੀਂ ਕਿਸ ਚੀਜ਼ ਨੂੰ ਲੈ ਕੇ ਪ੍ਰਚਾਰ ਕਰ ਰਹੇ ਹੋ। ਈਵਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਪ੍ਰਚਾਰ ਕੀਤੇ ਨੇ, ਉਦਾਸੀਆਂ ਕੀਤੀਆਂ, ਗੁਰੂ ਸਾਹਿਬ ਬਹੁਤ ਸਪੈਸੀਫਿਕ ਸਨ ਕਿ ਉਹਨਾਂ ਦਾ ਵਿਜ਼ਨ ਤੇ ਮਿਸ਼ਨ ਕੀ ਹੈ। ਗੁਰਮੁਖ ਖੋਜਤ ਭਏ ਉਦਾਸੀ, ਉਹ ਗੁਰਮੁਖ ਲੱਭ ਰਹੇ ਸਨ ਸਮਾਜ ਦੇ ਵਿੱਚੋਂ। ਨਹੀਂ ਤਾਂ ਚੰਗੇ ਬੰਦੇ ਤਾਂ, ਚੰਗੇ ਇਨਸਾਨ ਤਾਂ ਆਮ ਸਧਾਰਨ ਜੀਵਨ ਦੇ ਵਿੱਚ ਉਹਨਾਂ ਦੇ ਆਪਣੇ ਨਗਰ ਦੇ ਵਿੱਚ ਬਹੁਤ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਜੀਵਨ ਬਚਪਨ ਦਾ ਬਿਤਾਇਆ, ਉਹਨਾਂ ਨਾਲ ਖੇਡੇ ਨੇ, ਜਿਨ੍ਹਾਂ ਨੂੰ ਇੱਕ ਸ਼ੋਅ ਗੁਰੂ ਸਾਹਿਬ ਦੀ ਮਿਲੀ ਆ, ਉਹ ਜੀਵਨ ਦੇ ਵਿੱਚ ਚੰਗੇ ਹੀ ਹੋਣਗੇ। ਪਰ ਗੁਰੂ ਸਾਹਿਬ ਆਪ ਕਿਸ ਮਿਸ਼ਨ ਦੇ ਉੱਪਰ ਨਿਕਲੇ ਨੇ ਵੀ ਉਹ ਕਿਹਨਾਂ ਨੂੰ ਲੱਭ ਰਹੇ, ਤਾਂ ਕਿ ਉਹ ਇਹੋ ਜਿਹੇ ਕੁਝ ਖੇਤਰਾਂ ਕੇਂਦਰਾਂ ਦੇ ਵਿੱਚ ਇਨਸਾਨ ਲੱਭ ਸਕਣ, ਗੁਰਮੁਖ ਜਿਹੜੇ ਆਪਣੇ ਆਲੇ ਦੁਆਲੇ ਨੂੰ ਮਹਿਕਾ ਸਕਣ। ਤਾਂ ਮੈਂ ਇਹ ਚੀਜ਼ ਜ਼ਰੂਰ ਮੈਂ ਨਾਲ ਸ਼ੇਅਰ ਕਰੂੰਗਾ ਜੀ ਵੀ ਪ੍ਰਚਾਰ ਆਪਣਾ ਸਹੀ ਹੈ, ਪਰ ਇਹ ਵੇਖਣਾ ਬਹੁਤ ਜ਼ਰੂਰੀ ਹੈ ਵੀ ਸਹੀ ਦਿਸ਼ਾ ਦੇ ਵਿੱਚ ਕਿੰਨਾ ਕੁ ਹੋ ਰਿਹਾ ਆ। ਕਿਉਂਕਿ ਪ੍ਰਚਾਰਕ ਨੂੰ ਜੇ ਅਸੀਂ ਸਮਝ ਲਈਏ ਨਾ ਵੀ ਪ੍ਰਚਾਰ ਸਿਰਫ ਪ੍ਰਚਾਰਕ ਹੀ ਕਰ ਸਕਦਾ, ਉਹ ਉਹਦੀ ਇੱਕ ਜੌਬ ਆ। ਫਾਰ ਐਗਜ਼ਾਮਪਲ, ਮੈਂ ਪ੍ਰਚਾਰਕ ਵੀ ਹਾਂ, ਪਰ ਪ੍ਰਚਾਰ ਕਰਨਾ ਮੇਰੀ ਜੌਬ ਆ, ਮੇਰੀ ਰੋਜ਼ੀ ਰੋਟੀ ਹੈ। ਮੈਂ ਗੱਲ ਕਰਨਾ ਚਾਹੁੰਦਾ ਹਾਂ ਉੱਥੇ ਜਿਵੇਂ ਭਾਈ ਵੀਰ ਸਿੰਘ ਜੀ ਹੋਣਾ ਨੇ ਪ੍ਰਚਾਰ ਕੀਤਾ ਹੈ, ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕੀਤਾ ਆ, ਡਾਕਟਰ ਗੰਡਾ ਸਿੰਘ ਜੀ ਨੇ ਕੀਤਾ ਆ, ਪ੍ਰਿੰਸੀਪਲ ਗੰਗਾ ਸਿੰਘ ਜੀ ਹੋਣਾ ਨੇ ਕੀਤਾ ਆ, ਸਰਦਾਰ ਕਰਮ ਸਿੰਘ ਹਿਸਟੋਰੀਅਨ ਜੀ ਨੇ ਕੀਤਾ, ਭਾਈ ਵੀਰ ਸਿੰਘ ਜੀ ਨੇ ਕੀਤਾ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ, ਈਵਨ ਕਿ ਭਗਤ ਪੂਰਨ ਸਿੰਘ ਜੀ ਨੇ ਪ੍ਰਚਾਰ ਕੀਤਾ ਹੈ, ਜਿਨ੍ਹਾਂ ਨੇ ਇੰਡੀਵਿਜੁਅਲ ਹੋਣ ਦੇ ਬਾਵਜੂਦ ਇੰਨੇ ਕੁ ਲੋਕਾਂ ਨੂੰ ਆਪਣੇ, ਜਦੋਂ ਸਰੀਰਕ ਤੌਰ ਤੇ ਮੌਜੂਦ ਸੀ ਉਦੋਂ ਵੀ ਉਹਨਾਂ ਨੇ ਪ੍ਰਭਾਵਿਤ ਕੀਤਾ, ਤੇ ਅੱਜ ਉਹਨਾਂ ਦੀਆਂ ਲਿਖਤਾਂ ਵੀ ਪ੍ਰਭਾਵਿਤ ਕਰ ਰਹੀਆਂ ਨੇ। ਨੈਕਸਟ ਜੀ। ਹਾਂਜੀ, ਨੈਕਸਟ ਨੈਕਸਟ ਲਈਏ। ਹਾਂਜੀ ਹਾਂਜੀ, ਡਾਕਟਰ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤੇ ਮੈਨੂੰ ਕੁਲਬੀਰ ਸਿੰਘ ਜੀ ਇਹ ਦੱਸੋ ਕਿ ਤੁਸੀਂ ਹਿਊਸਟਨ ਕਿਹੜੇ ਗੁਰਦੁਆਰੇ ਚ ਹੈਗੇ ਜੀ? ਮੈਂ ਗੁਰਦੁਆਰਾ ਸਿੱਖ ਸੈਂਟਰ ਜੀ, ਜਿਹੜਾ ਗਲਫ ਕੋਸਟ ਦਾ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਹੈ ਸਿੱਖ ਸੈਂਟਰ। ਦੂਸਰਾ ਵੀਰ ਜੀ, ਮੈਂ ਜੋ ਨੋਟਿਸ ਕੀਤਾ ਉਹ ਇਹ ਹੈ ਕਿ ਜਦੋਂ ਵੀ ਕੋਈ ਪ੍ਰਚਾਰਕ ਜਾਂ ਅਸੀਂ ਗੱਲ ਕਰਦੇ ਹਾਂ, ਅਸੀਂ ਪੋਜ਼ਿਟਿਵ ਨਹੀਂ ਹੁੰਦੇ, ਅਸੀਂ ਹਮੇਸ਼ਾ ਨੈਗੇਟਿਵ ਚੀਜ਼ਾਂ ਜਿਹੜੀਆਂ ਦੇਖਦੇ ਹਾਂ ਨਾ, ਉਹਨਾਂ ਨੂੰ ਡਿਸਕਸ ਕਰਨਾ ਸ਼ੁਰੂ ਕਰ ਦਿੰਦੇ ਹਾਂ, ਤੇ ਅਸੀਂ ਇਹ ਨਹੀਂ ਦੇਖਦੇ ਵੀ ਜਿਨ੍ਹਾਂ ਨੂੰ ਅਸੀਂ ਸਮਝਾ ਰਹੇ ਹਾਂ ਜਾਂ ਤੁਸੀਂ ਸਮਝਾ ਰਹੇ ਜੇ, ਉਹ ਬੰਦੇ ਕਿਹੜੇ ਲੈਵਲ ਦੇ ਹੈਗੇ ਨੇ, ਤੇ ਉਹਨਾਂ ਨੂੰ ਕਿਸ ਲੈਵਲ ਤੇ ਅਸੀਂ ਗੱਲ ਸ਼ੁਰੂ ਕਰਨੀ ਆ, ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਅੱਗੇ ਲਿਜਾਣਾ। ਔਰ ਮੇਰੇ ਖਿਆਲ 'ਚ ਜੋ ਮੈਂ ਦੇਖਿਆ ਕਿ ਕਾਫੀ ਚੰਗੀਆਂ ਚੇਂਜਿਸ ਹੋ ਰਹੀਆਂ ਨੇ, ਪੁਰਾਣੇ 10-15 ਸਾਲ ਤੋਂ ਲੋਕ ਚੰਗੇ ਪਾਸੇ ਜਾ ਰਹੇ ਨੇ, ਪਰ ਅਸੀਂ ਹਮੇਸ਼ਾ ਨੈਗੇਟਿਵਿਟੀ ਵੱਲ ਦੇਖਦੇ ਹਾਂ, ਉਹ ਨੈਗੇਟਿਵ ਚੀਜ਼ਾਂ ਦੀ ਅਸੀਂ ਜ਼ਿਆਦਾ ਜਿਹੜੀ ਹੈ ਨਾ ਪ੍ਰਚਾਰ ਕਰਦੇ ਹਾਂ ਕਿ ਇਹ ਹੋ ਰਿਹਾ ਨੈਗੇਟਿਵ, ਇਹ ਹੋ ਰਿਹਾ ਨੈਗੇਟਿਵ, ਇਹ ਹੋ ਰਿਹਾ ਨੈਗੇਟਿਵ, ਪੋਜ਼ਿਟਿਵ ਵਾਲੇ ਪਾਸੇ ਨਹੀਂ ਜਾਂਦੇ ਅਸੀਂ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਯਾ ਨਹੀਂ, ਤੁਹਾਡਾ ਕਹਿੰਦੇ ਆ ਕੰਸਰਨ ਸਹੀ ਹੈ, ਪਰ ਮੈਨੂੰ ਇੰਝ ਲੱਗਦਾ ਆ ਵੀ ਇਹ ਹੋ ਸਕਦਾ ਆ ਮੇਰਾ ਨਿੱਜੀ ਜੀਵਨ ਰਿਫਲੈਕਟ ਹੋ ਰਿਹਾ ਹੋਵੇ ਕਿ ਮੇਰੇ ਗੱਲਾਂ ਦੇ ਵਿੱਚ ਕੋਈ ਨੈਗੇਟਿਵਿਟੀ ਤੁਹਾਨੂੰ ਨਜ਼ਰ ਆ ਰਹੀ ਹੈ। ਪਰ ਕਿਉਂਕਿ ਇਸ ਪੈਨਲ ਦੇ ਵਿੱਚ ਜਿਹੜੇ ਤੁਸੀਂ ਇੱਥੇ ਸਾਰੇ ਬੈਠੇ ਹੈਗੇ ਹੋ, ਤੁਸੀਂ ਉਹ ਗੁਰਦੁਆਰਾ ਸਾਹਿਬ ਦੀ ਸੰਗਤ ਨਹੀਂ ਹੈਗੇ ਜਿਹਨਾਂ ਨੂੰ ਮੈਂ ਕਥਾ ਸੁਣਾ ਰਿਹਾ,
ਇਹ ਇੰਜ ਕਹਿ ਲਓ ਵੀ ਕਿਸੇ ਰੋਗ ਦੇ ਉੱਪਰ ਉਹਦਾ ਰੋਗ ਨਿਵਰਤੀ ਦੇ ਵਾਸਤੇ ਇਕੱਠੇ ਹੋਏ ਡਾਕਟਰਾਂ ਦਾ ਇੱਕ ਪੈਨਲ ਆ ਤੇ ਉਹਨਾਂ ਨੇ ਤੰਦਰੁਸਤੀ ਤਾਂ ਉਹਨਾਂ ਨੂੰ ਪਤਾ ਹੈ ਵੀ ਅਸੀਂ ਤੰਦਰੁਸਤੀ ਲੈ ਕੇ ਆਉਣੀ ਹੈ ਪਰ ਹਾਲ ਦੀ ਘੜੀ ਉਹ ਡਿਸਕਸ਼ਨ ਕਰ ਰਹੇ ਨੇ ਕਿ ਮਰੀਜ਼ ਨੂੰ ਰੋਗ ਕੀ ਹੈਗੇ ਹੈ ਇਹਦਾ ਕੀ ਇਲਾਜ ਤੇ ਕੀ ਹੱਲ ਹੋ ਸਕਦਾ ਹੈ ਇਹਦੇ ਹੋਰ ਕੀ ਜੇ ਸਮੇਂ ਸਿਰ ਸਹੀ ਨਾ ਹੋਇਆ ਤੇ ਕੀ ਨੈਗੇਟਿਵ ਇੰਪੈਕਟਸ ਹੋਰ ਹੋਣਗੇ ਤੋ ਮੈਨੂੰ ਇੰਝ ਲੱਗਦਾ ਵੀ ਆਪਾਂ ਇਸ ਪੈਨਲ ਦੇ ਵਿੱਚ ਜਿਹੜੇ ਬੈਠੇ ਹੈ ਹੋ ਸਕਦਾ ਰਿਫਲੈਕਟ ਹੋ ਰਿਹਾ ਕਿ ਨੈਗੇਟਿਵਿਟੀ ਹੈ ਪਰ ਮੈਨੂੰ ਇੰਝ ਲੱਗਦਾ ਆ ਕਿ ਜੇ ਅਸੀਂ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਸਿੱਖੀ ਕਿਰਦਾਰ ਦੀ ਡਾਕਟਰ ਇੰਦਰਜੀਤ ਸਿੰਘ ਜੀ ਦੇ ਮਾਤਾ ਦਾ ਗੁਰੂ ਸਾਹਿਬ ਦੇ ਉੱਪਰ ਭਰੋਸਾ ਤਾਂ ਉਹ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ ਮੈਂ ਇੱਕ ਕਹਿੰਦੇ ਗੱਲ ਨੂੰ ਕਰਨ ਦਾ ਯਤਨ ਸ਼ੁਰੂ ਕੀਤਾ ਪਰ ਫਿਰ ਵੀ ਡਾਟ ਨੋ ਕਿ ਕਿਵੇਂ ਜਾਂ ਤਾਂ ਇੰਝ ਕਹਿ ਲਓ ਕਿ ਜਿਨ੍ਹਾਂ ਨੂੰ ਮੈਂ ਦੇਖ ਰਿਹਾ ਆ ਜਾਂ ਜਿਨ੍ਹਾਂ ਦੇ ਪ੍ਰਭਾਵ ਦੇ ਵਿੱਚ ਮਤਲਬ ਖੇਤਰ ਦੇ ਵਿੱਚ ਮੈਂ ਵਿਚਰ ਰਿਹਾ ਇਹ ਹੋ ਸਕਦਾ ਟਾਈਮ ਐਂਡ ਪਲੇਸ ਸਪੈਸੀਫਿਕ ਚੀਜ਼ ਹੋਵੇ ਜਿਹੜੀ ਰਿਫਲੈਕਟ ਹੋ ਰਹੀ ਹੈ ਵਿੱਚ ਟਾਈਮ ਤੇ ਪਲੇਸ ਦੀ ਗੱਲ ਨਹੀਂ ਹੈ ਮਤਲਬ ਚੇਂਜਸ ਹੋ ਗਈਆਂ ਨੇ ਹੁਣ ਜੇ ਤੁਸੀਂ ਕੰਪੇਅਰ ਕਰਦੇ ਜੇ ਇਸ ਸੁਸਾਇਟੀ ਨੂੰ ਜਿਹੜੀ 100 ਸਾਲ ਪਹਿਲਾਂ ਸੁਸਾਇਟੀ ਸੀ ਉਹ ਤਾਂ ਹੈ ਨਹੀਂ ਅਸੀਂ ਹੁਣ ਜਿਹੜੀ ਸੁਸਾਇਟੀ ਸਾਡੇ ਕੋਲ ਇਸ ਵੇਲੇ ਹੈਗੀ ਹੈ ਉਹਨੂੰ ਅੱਗੇ ਲੈ ਕੇ ਚੱਲੀਏ ਉਹਦੇ 'ਚ ਚੇਂਜ ਕਿਸ ਤਰ੍ਹਾਂ ਕਰਨੀ ਹੈ ਬਜਾਏ ਉਸੇ ਵਾਸਤੇ ਮੈਂ ਨਾਲ ਕਹਿੰਦੇ ਸ਼ੇਅਰ ਕੀਤਾ ਜੀ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਵੀ ਜਿਵੇਂ ਪ੍ਰੀ ਵੈਡਿੰਗ ਕੋਈ ਕੋਰਸ ਹੋਵੇ ਇਹ ਕੋਈ ਚੇਂਜ ਲਿਆਉਣ ਵਾਸਤੇ ਇੱਕ ਬੈਸਟ ਆ ਵੀ ਕਿਉਂਕਿ ਸਿੱਖ ਮਿਸ਼ਨਰੀ ਕਾਲਜ ਲਿਟਰੇਚਰ ਛਾਪਦਾ ਆ ਕੋਈ ਇਸ ਲੈਵਲ ਦਾ ਲਿਟਰੇਚਰ ਇਸ ਵਾਸਤੇ ਵੀ ਸਪੈਸੀਫਿਕ ਮੈਰਿਜ ਓਰੀਐਂਟਡ ਛਾਪਿਆ ਜਾਵੇ ਸਿੱਖੀ ਨਾਲ ਸੰਬੰਧਿਤ ਤੇ ਜਾਂ ਵੀ ਸਾਡੇ ਆਪਣਾ ਨਿੱਜੀ ਜੀਵਨ ਹੈ ਜਿਹੜਾ ਅਸੀਂ ਉਹਨੂੰ ਆਪ ਸਪਿਰਚੁਅਲੀ ਕਿੱਦਾਂ ਗਰੋ ਕਰੀਏ ਕਿਉਂਕਿ ਉਹ ਤਾਂ ਹਰ ਰੋਜ਼ ਦਾ ਨਿਤਨੇਮ ਹੈ ਤੇ ਹਰ ਰੋਜ਼ ਦਾ ਜੀਵਨ ਸਾਡਾ ਪ੍ਰਭਾਵਿਤ ਹੋਣਾ ਚਾਹੀਦਾ ਆ ਜਿਸ ਦਿਨ ਨਹੀਂ ਵੀ ਪ੍ਰਭਾਵਿਤ ਹੁੰਦਾ ਕੋਈ ਲਾਜ਼ਮੀ ਨਹੀਂ ਵੀ ਪ੍ਰਭਾਵਿਤ ਹੋਵੇ ਹੀ ਹੋਵੇ ਪਰ ਜਿਸ ਦਿਨ ਨਹੀਂ ਹੁੰਦਾ ਜਾਂ ਜਿਹੜੇ ਹਫ਼ਤੇ ਦੇ ਵਿੱਚ ਸਾਨੂੰ ਗੁਰੂ ਸਾਹਿਬ ਦੀ ਇੱਕ ਗੱਲ ਨੇ ਵੀ ਪੋਜ਼ਿਟਿਵਲੀ ਕੰਪੈਲ ਨਹੀਂ ਕੀਤਾ ਵੀ ਡੂ ਦਿਸ ਵੀ ਆਹ ਕੰਮ ਕਰਨਾ ਹੀ ਕਰਨਾ ਆ ਇਹ ਬਹੁਤ ਜ਼ਰੂਰੀ ਹੈ ਜੇ ਉਹ ਵੀ ਸਾਡੇ ਤੋਂ ਫਿਰ ਵੀ ਨਹੀਂ ਹੋ ਰਿਹਾ ਫਿਰ ਇੰਟਰੋਸਪੈਕਸ਼ਨ ਬਹੁਤ ਜ਼ਰੂਰੀ ਹੈ ਬੈਠ ਕੇ ਵਿਚਾਰਨ ਦੀ ਲੋੜ ਆ ਵੀ ਗੁਰੂ ਸਾਹਿਬ ਦੀ ਇੰਨੀ ਮਹੱਤਵਪੂਰਨ ਗੱਲ ਉਹਦਾ ਖਿਆਲ ਮੇਰੇ ਜ਼ਿਹਨ 'ਚ ਆਇਆ ਪਰ ਉਹ ਗੱਲ ਪ੍ਰੈਕਟੀਕਲ ਨਹੀਂ ਹੋ ਸਕੀ ਕਿ ਕਮਜ਼ੋਰੀ ਕਿੱਥੇ ਰਹਿ ਗਈ ਇਹਦੇ ਨਾਲ ਅਸੀਂ ਇੰਝ ਕਹਿ ਲਓ ਵੀ ਆਪਣਾ ਡੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਦੇ ਧਾਰਨੀ ਹੁੰਦੇ ਆ ਤੋ ਆਈ ਰੀਅਲੀ ਫੀਲ ਸੋਰੀ ਕਿ ਜੇ ਤੁਹਾਨੂੰ ਮੇਰੀਆਂ ਗੱਲਾਂ ਤੋਂ ਇਹ ਲੱਗਿਆ ਭਾਸਿਆ ਕਿ ਨੈਗੇਟਿਵ ਗੱਲਾਂ ਜ਼ਿਆਦਾ ਹੋ ਰਹੀਆਂ ਨੇ ਪਰ ਮੇਰੀ ਉਹ ਇੰਟੈਂਸ਼ਨ ਨਹੀਂ ਹੈਗੀ ਵੀ ਮੈਂ ਕੋਈ ਨੈਗੇਟਿਵਿਟੀ ਫੈਲਾਵਾਂ ਜਾਂ ਕਿੱਦਾਂ ਤੇ ਵੀਰ ਜੀ ਹਰਜੀਤ ਸਿੰਘ ਤੁਹਾਡੀ ਗੱਲ ਜਿੱਥੋਂ ਸ਼ੁਰੂ ਕੀਤੀ ਤੁਸੀਂ ਸਮਾਜਿਕ ਪ੍ਰਭਾਵ ਹਾਂ ਬਸ ਇੱਥੇ ਹੀ ਆ ਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇਹ ਗੱਲ ਆਉਂਦੀ ਹੈ ਵੀ ਭਗਤਾਂ ਦਾ ਤੇ ਸੰਸਾਰੀਆਂ ਦਾ ਜੋੜ ਕਦੇ ਵੀ ਨਹੀਂ ਬਣਨਾ ਗਾ ਪਰ ਭਗਤਾਂ ਨੇ ਵੀ ਸੰਸਾਰ 'ਚ ਰਹਿਣਾ ਹੈ ਤੇ ਸੰਸਾਰੀਆਂ ਦੇ ਵਿੱਚ ਗੁਰੂ ਸਾਹਿਬ ਨੇ ਭਗਤ ਪ੍ਰਗਟ ਕੀਤੇ ਨੇ ਉਹ ਸੁਮੇਲ ਕਿਵੇਂ ਹੋਵੇ ਤਾਂ ਕਿ ਧਰਮ ਦਾ ਪ੍ਰਭਾਵ ਸਮਾਜ ਦੇ ਉੱਪਰ ਪਵੇ ਨਾ ਕਿ ਸਮਾਜ ਦੀ ਬਹੁ ਗਿਣਤੀ ਦਾ ਪ੍ਰਭਾਵ ਸਾਡੇ ਧਰਮ ਸਥਾਨ ਤੇ ਵੀ ਪੈ ਜਾਵੇ ਠੀਕ ਹੈ ਜੀ ਨੈਕਸਟ ਹਾਂਜੀ ਨੈਕਸਟ ਜੀ ਡਾਕਟਰ ਅਮਰਜੀਤ ਸਿੰਘ ਜੀ ਪਲੀਜ਼ ਅਨਮਿਊਟ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਬੜਾ ਸੋਹਣਾ ਡਿਸਕਸ਼ਨ ਚੱਲ ਰਹੀ ਹੈ ਤੇ ਵੀਰ ਸੁੰਦਰ ਸਿੰਘ ਜੀ ਕੋਹਲੀ ਦਾ ਠੀਕ ਵਿਚਾਰ ਹੈ ਪਰ ਹਮੇਸ਼ਾ ਕਿਸੇ ਚੀਜ਼ ਨੂੰ ਇੰਪਰੂਵ ਕਰਨ ਵਾਸਤੇ ਐਜ ਏ ਸੁਸਾਇਟੀ ਐਜ ਏ ਬਿਜ਼ਨਸ ਯੂ ਹੈਵ ਟੂ ਲੁੱਕ ਫਾਰ ਵੇਅਰ ਆਰ ਦਾ ਡੀਫੈਕਟਸ ਸੋ ਨੈਗੇਟਿਵ ਪਾਰਟ ਨਹੀਂ ਹੈ ਪਰ ਇਹਨੂੰ ਐਨਾਲਾਈਜ਼ ਕਰਨਾ ਵੀ ਬਹੁਤ ਜ਼ਰੂਰੀ ਹੈ ਟੂ ਗੋ ਇਨ ਦਾ ਪ੍ਰੋਪਰ ਡਾਇਰੈਕਸ਼ਨਸ ਬਾਕੀ ਜਿਹੜੀ ਅਗਲੀ ਗੱਲ ਹੈ ਕਿ ਨਵੇਂ ਸਾਨੂੰ ਜਿਸਾਂ ਅੱਗੇ ਕੋਈ 5-6 ਮਹੀਨੇ ਲੈਕਚਰ ਹੋਇਆ ਸੀਗਾ ਆਚਾਰ ਦੇ ਨਾਲ ਸੀਗੀ
ਟਾਪਿਕ ਮੈਨੂੰ ਭੁੱਲ ਗਿਆ ਨਾਂ ਟਾਪਿਕ ਦਾ ਕੀ ਸੀਗਾ ਆਚਾਰ ਪ੍ਰਚਾਰ ਸਮਥਿੰਗ ਲਾਈਕ ਦੈਟ ਵਾਜ਼ ਦ ਨੇਮ ਆਫ ਦ ਟਾਪਿਕ ਦੈਟ ਇਜ਼ ਅ ਵੈਰੀ ਰੈਲੇਵੈਂਟ ਟਾਪਿਕ ਆਲ ਦ ਟਾਈਮ ਈਵਨ ਟੂਡੇ ਈਵਨ ਇਨ ਵੈਸਟ ਈਵਨ ਇਨ ਈਸਟ ਐਵਰੀਵੇਅਰ ਆਚਾਰ ਪ੍ਰਚਾਰ ਵਾਲਾ ਟਾਪਿਕ ਜਿਹੜਾ ਉਹ ਸਾਨੂੰ ਇੰਡੀਵਿਜੁਅਲ ਲੈਵਲ 'ਤੇ ਕਰਨ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਜੇ ਇੰਡੀਵਿਜੁਅਲ ਲੈਵਲ 'ਤੇ ਸਭ ਸੋਚਾਂਗੇ ਆਪਣੇ ਪਰਿਵਾਰ 'ਚ ਆਪਣੇ ਆਪ 'ਚ ਆਪਣੇ ਸਰਾਊਂਡਿੰਗ ਆਪਣੇ ਕੰਟੈਕਟਸ ਦੇ ਵਿਚਕਾਰ ਇਟ ਡਜ਼ਨਟ ਮੈਟਰ ਕਿਹੜੀ ਏਜ ਦੇ ਕੰਟੈਕਟ ਨੇ ਅਤੇ ਕਿਹੜੀ ਉਮਰ ਦੇ ਕੰਟੈਕਟ ਨੇ ਜਿਸ ਤਰ੍ਹਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਐਵਰੀ ਸਿੱਖ ਇਜ਼ ਏ ਡਿਪਲੋਮੈਟ ਐਵਰੀ ਸਿੱਖ ਇਜ਼ ਸਿੱਖੀ ਦਾ ਡਿਪਲੋਮੈਟ ਐਂਡ ਇਹ ਸਾਨੂੰ ਵਾਹਿਗੁਰੂ ਬਖਸ਼ਿਸ਼ ਕਰੇ ਇਹ ਅਸੀਂ ਵੀ ਨਹੀਂ ਕਹਿ ਸਕਦੇ ਗੁਰਬਾਣੀ ਮੇਰੇ ਸਾਨੂੰ ਕਹਿੰਦੀ ਹੈ ਕਿ ਉਹਦੀ ਬਖਸ਼ਿਸ਼ ਤੋਂ ਬਗੈਰ ਕੋਈ ਕੰਮ ਨਹੀਂ ਹੋ ਸਕਦਾ ਉਹਦੀ ਬਖਸ਼ਿਸ਼ ਆਪਣੇ ਅਸੀਂ ਕੰਮ ਠੀਕ ਕਰੀਏ ਤਾਂ ਉਹਦੀ ਬਖਸ਼ਿਸ਼ ਹੋਏਗੀ ਅਤੇ ਬਖਸ਼ਿਸ਼ ਹੋਏਗੀ ਤਾਂ ਕੰਮ ਅੱਗੇ ਚੱਲ ਜਾਵੇਗਾ ਐਂਡ ਦੁਨੀਆ ਜਿਹੜੀ ਰੀਅਲਾਈਜ਼ ਕਰਦੀ ਹੈ ਜਿਹੜੇ ਸਿਆਣੇ ਨੇ ਉਹ ਦੇ ਡੂ ਰੀਅਲਾਈਜ਼ ਐਂਡ ਦੇ ਡੂ ਕੰਮ ਸੰਕਾਲੀ ਇੱਕ ਵੀਰ ਜੀ ਰਾਜਸਥਾਨੀ ਗੁਰੂ ਪਿਆਰੇ ਕਹਿ ਰਹੇ ਸਨ ਕਿ ਮੈਂ ਪੂਰਾ ਇੱਕ ਸਾਲ ਸਟੱਡੀ ਕੀਤਾ ਸਿੱਖਇਜ਼ਮ ਨੂੰ ਐਂਡ ਆਈ ਲਾਈਕ ਇਟ ਐਂਡ ਆਈ ਜੁਆਇਨਡ ਸੋ ਦੇਰ ਆਰ ਥਿੰਗਸ ਸਾ ਠੀਕ ਹੈ ਸਾਨੂੰ ਦੋ ਵੀਰ ਜੀ ਨੇ ਬੜਾ ਸੋਹਣਾ ਕਿਹਾ ਕਿ ਸਾਨੂੰ ਪ੍ਰਚਾਰ ਵਾਸਤੇ ਉਦਮ ਕਰਨਾ ਚਾਹੀਦਾ ਫਿਰ ਦੂਸਰੀ ਗੱਲ ਜਿਹੜੀ ਹੈ ਸੰਸਾਰੀ ਭਗਤਾਂ ਅਤੇ ਸੰਸਾਰੀਆਂ ਜੋੜਨਾ ਕਦੇ ਨਾ ਆਇਆ ਮਹਾਰਾਜ ਨੇ ਬੜਾ ਸੋਹਣਾ ਸ਼ਬਦ ਗੁਰੂ ਅਰਜਨ ਪਾਤਸ਼ਾਹ ਨੇ ਲਿਖਿਆ 384 ਅੰਗ 'ਤੇ ਆਸਾ ਮਹਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉਂ ਮੇਰਾ ਠਾਠਾ ਬਾਗਾ ਜਿਹੜੇ ਸੰਸਾਰੀ ਨੇ ਉਹਨਾਂ ਨਾਲ ਮੇਰਾ ਠਾਠਾ ਬਾਗਾ ਮੈਂ ਉਹਨਾਂ ਨਾਲ ਗੱਲ ਜ਼ਰੂਰ ਕਰਦਾ ਬਾਹਰ ਸੂਦ ਸਗਲ ਸਿਉਂ ਮੋਲਾ ਮੈਂ ਸਾਰਿਆਂ ਨਾਲ ਪਿਆਰ ਨਾਲ ਗੱਲ ਕਰਦਾ ਇੱਕ ਕੋਈ ਪਰਵਾਹ ਨਹੀਂ ਕਿ ਉਹ ਸੰਸਾਰੀ ਹੈ ਕਿ ਭਗਤ ਹੈ ਕਿ ਜੋ ਵੀ ਹੈ ਹਿੰਦੂ ਹੈ ਕਿ ਕ੍ਰਿਸਚਨ ਹੈ ਕਿ ਮੁਸਲਿਮ ਹੈ ਕਿ ਜੂਇਸ਼ ਹੈ ਕਿ ਜੋ ਵੀ ਹੈ ਬਾਹਰ ਸੂਤ ਸਗਲ ਸਿਉਂ ਮੋਹਲਾ ਸਹਿਣ ਪਰ ਆਪਣੇ ਆਪ ਵਿੱਚ ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਮੈਂ ਅਲਿਪਤ ਰਹਿਣਾ ਜਿਵੇਂ ਕਿ ਜਲ ਦੇ ਵਿਚਕਾਰ ਕੌਲਾ ਮੁੱਖ ਕੀ ਬਾਤ ਸਗਲ ਸਿਉਂ ਕਰਤਾ ਇਹ ਨਹੀਂ ਮੈਂ ਕਿਸੇ ਨਾਲ ਕਹਿਣਾ ਕਿ ਇਹ ਬੰਦਾ ਮਾੜਾ ਮੇਰੇ ਨਾਲ ਗੱਲ ਹੀ ਨਹੀਂ ਕਰਨੀ ਜਿੱਦਾਂ ਮਹਾਰਾਜ ਨੇ ਸਾਨੂੰ ਭਗਤ ਸੂਰਦਾਸ ਜੀ ਦੀ ਤੁੱਕ ਲੈ ਕੇ ਸਾਰਾ ਸ਼ਬਦ ਸੁਣਾਇਆ ਸੀਗਾ ਕਿ ਇਹ ਨਹੀਂ ਕਿ ਬਿਮੁੱਖ ਉਹਨਾਂ ਨੇ ਮੇਲ ਹੀ ਨਹੀਂ ਕਰਨਾ ਨਾ ਮੁੱਖੀ ਬਾਤ ਸਗਲ ਸਿਉਂ ਕਰਤਾ ਪਰ ਜੀ ਸੰਗ ਪ੍ਰਭਾ ਤਰਤਾ ਦੀਸ ਆਵੇ ਹੈ ਬਹੁਤ ਪਿਹਾਲਾ ਉਹ ਲੋਕਾਂ ਨੂੰ ਲੱਗਦਾ ਕਿ ਬੰਦਾ ਬੜਾ ਸਟ੍ਰਿਕਟ ਜਿਹਾ ਹੀ ਹੈ ਇਹ ਆਪਣੇ ਆਪ 'ਚ ਹੀ ਹੈ ਇਹ ਸਾਰਾ ਕੁਝ ਖਾ ਲੈਂਦਾ ਪਰ ਸਗਲ ਚਰਨ ਕੀ ਇਹ ਮਨ ਰਾਲਾ ਇਹ ਇੰਪੋਰਟੈਂਟ ਟਾਪਿਕ ਹੈ ਕਿ ਆਪਣੇ ਮਨ ਦੇ ਵਿਚਕਾਰ ਮੈਂ ਸਗਲਿਆਂ ਦੇ ਚਰਨਾਂ ਦੀ ਚਰਨ ਧੂੜ ਹਾਂ ਨਾਨਕ ਜਨ ਗੁਰਪੂਰਾ ਪਾਇਆ ਅੰਤਰ ਬਾਰ ਏਕ ਦਿਖਾਇਆ ਇਹ ਚੀਜ਼ ਜਿਹੜੀ ਹੈ ਨਾ ਇਹ ਸਾਨੂੰ ਦਿਸ ਇਜ਼ ਦਾ ਵੇ ਭਗਤਾਂ ਤੇ ਸੰਸਾਰੀਆਂ ਦਾ ਜੋੜ ਆ ਸਕਦਾ ਦਿਸ ਇਜ਼ ਵੇ ਵੇਅਰ ਵੀ ਕੈਨ ਲਿਵ ਇਨ ਦਿਸ ਵਰਲਡ ਐਂਡ ਸਟਿਲ ਬੀ ਅਟੈਚਡ ਇਹ ਸ਼ਬਦ ਮੇਰੇ ਦਿਮਾਗ 'ਚ ਆਇਆ ਸੀ ਅਤੇ ਮੈਂ ਭਗਤ ਬਖਸ਼ ਨਾਲ ਉਸੇ ਵਕਤ ਕੱਢ ਲਿਆ ਇਹਨਾਂ ਮਹਾਰਾਜ ਦੀ ਸਰੂਪ 'ਚੋਂ ਅਤੇ ਆਈ ਥਾਟ ਆਈ ਵੁੱਡ ਲਾਈਕ ਟੂ ਸ਼ੇਅਰ ਦਿਸ ਅਤੇ ਆਈ ਥਿੰਕ ਇਹ ਸ਼ਬਦ ਦੇ ਮੁਤਾਬਿਕ ਜਦੋਂ ਮੈਨੂੰ ਕਿਸੇ ਵੀਰ ਨੇ ਸੁਣਾਇਆ ਸੀ ਅੱਜ ਤੋਂ 15-20 ਸਾਲ ਪਹਿਲੇ ਐਸੇ ਮਨ 'ਚ ਬੈਠਾ ਕਿ ਇਹ ਚੀਜ਼ ਜਿਹੜੀ ਸਾਡੀ ਲੀਡ ਕਰੇ ਇੰਡੀਵਿਜੁਅਲ ਲੈਵਲ 'ਤੇ ਅਤੇ ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਆਪਣੀ ਆਚਾਰ ਅਤੇ ਪ੍ਰਚਾਰ ਦੈਟ ਇਜ਼ ਵਨ ਵੇ ਐਂਡ ਚੈਰਿਟੀ ਬਿਗਿਨਸ ਐਟ ਹੋਮ ਆਪਣਿਆਂ ਅਸੀਂ ਪਰਿਵਾਰਾਂ ਨੂੰ ਆਪਣਿਆਂ ਬੱਚਿਆਂ ਨੂੰ ਆਪਣੇ ਆਪ ਨੂੰ ਜਿਤਨਾ ਕੋਸ਼ਿਸ਼ ਕਰ ਸਕਦੇ ਹੈ ਅਸੀਂ ਸਾਨੂੰ ਕਰਨੀ ਚਾਹੀਦੀ ਹੈ ਐਂਡ ਦੈਟ ਇਜ਼ ਵੇਅਰ ਅਵਰ ਵੀ ਸ਼ੁੱਡ ਲੁੱਕ ਇਨ ਟੂ ਇੰਟਰੋਸਪੈਕਸ਼ਨ ਐਜ਼ ਸਾਨੂੰ ਗੁਰਬਾਣੀ ਵੀ ਕਹਿੰਦੀ ਹੈ ਕਿ ਹਰ ਵਕਤ ਬੰਦੇ ਖੋਜ ਦਿਲ ਹਰ ਰੋਜ਼ ਇਹ ਸਾਨੂੰ ਹਰ ਰੋਜ਼ ਰਾਤੀ ਸੌਣ ਤੋਂ ਪਹਿਲਾਂ ਆਪਣਾ ਦਿਲ ਖੋਜ ਹੁੰਦਾ ਹੈ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਕਿ ਕਹਿੰਦਾ ਮੈਂ ਗੁਰਬਾਣੀ 'ਚੋਂ ਸਾਨੂੰ ਕੁਛ ਫਾਇਦਾ ਹੋਇਆ ਅੱਜ ਕਿਹੜੀ ਤੁੱਕ ਦਾ ਫਾਇਦਾ ਹੋਇਆ ਕਿਹੜੀ ਆਪਣੀ ਮੇਰੀ ਲਾਈਫ ਦੇ ਐਕਸਪੀਰੀਅੰਸ ਵਿਚਕਾਰ ਫਾਇਦਾ ਹੋਇਆ ਕੋਈ ਮੇਰੇ ਕਹਿੰਦਾ ਮੇਰੇ ਸਰੀਰ ਵਿਚਕਾਰ ਮੇਰੀਆਂ ਕਿਹੜੀਆਂ ਗਲਤੀਆਂ ਵਾਹਿਗੁਰੂ ਜੀ ਨੇ ਮਾਫ਼ ਕਰਕੇ ਮੁਸੇ ਦੱਸਦੇ ਪਾਇਆ ਆਈ ਥਿੰਕ ਦੈਟਸ ਵਾਟ ਇਜ਼ ਨੀਡਿਡ ਇਤਨੇ ਵਿਚਾਰਨ ਤੋਂ ਮੈਥੇ ਰੋਕਣਾ ਗੁਰੂ ਆਖਿਆ ਜੀ ਬਹੁਤ ਵਧੀਆ ਵੈਰੀ ਗੁੱਡ ਥਿੰਗਸ ਟੂ ਪਲੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਤੁਸੀਂ ਇਹ ਸ਼ਬਦ ਨਾਲ ਗੁਰੂ ਸਾਹਿਬ ਦਾ ਸਾਂਝਾ ਕੀਤਾ ਕਿਉਂਕਿ ਗੁਰੂ ਸਾਹਿਬ ਦੀ ਗੱਲ ਗੁਰਬਾਣੀ ਤੋਂ ਬਿਨਾਂ ਇਨਕੰਪਲੀਟ ਆ ਤੇ ਹਾਂ ਇਹੀ ਚੀਜ਼ ਹੈ ਜੀ ਜਿਹੜਾ ਵਿਸ਼ਾ ਐਕਚੁਲੀ ਮੈਂ ਚੁਣਿਆ ਸੀਗਾ ਉਹਨੂੰ ਕੰਪਲੀਟ ਤੁਸੀਂ ਇਸ ਸ਼ਬਦ ਨਾਲ ਕਰਤਾ ਆ
कि निजी जीवन की खुशबू तुहाडी गुरु नाल किदां जुड़ी होनी चाहिए है बाहरी तौर के उपर ठीक है जिन्ना क वरतों विहार संसार के नाल चाहिए है सब कुछ जीवत को व्यवहार ज्योंदे जी दुनिया के विच विचरना हुंदा है पर अपना निज है जिहड़ा जिथों मैं गल करनी शुरू की सी अज भी निजी जीवन नूं असीं अपने आप नूं जरूर हर रोज़ खोजते रहिए हर रोज़ ध्यान गोचरे रखिए स्पिरिचुअली ग्रो करिए आत्मक तौर दे उपर विकास दे विच आईए ते जिहड़ियां चीज़ां बाणी च हर रोज़ पढ़ते हैं दुख रोग संताप उतरे सुनी सच्ची बाणी वो साढ़े जीवन का अंग बने ना कि सिर्फ दीवान की समाप्ति की एक मर्यादा निश्चित कीती है कि दीवान की समाप्ति आनंद साहब का पाठ करके होनी है पर मोर लाइक सानू ये कहने की जरूरत भी नाल हैगी है कि आनंद साहब रोजाना जिंदगी च आनंद दियां पौड़ियां ने ईवन के मैं चलो अज मेरा विशा नहीं है गा, मैं तुहाडे नाल कदे फिर बैठे इत्थे गुरुद्वारा साहब आपां इहदे बारे एक दिन पहला भी गल कीती सी ते दुबारा उस नूं आपां छोवांगे ਤਾਂ ਕਿ ਉਹ ਗੱਲ ਪੂਰੀ ਪਹਿਲਾਂ ਕਲੀਅਰ ਹੋਵੇ ਵਿਚਾਰ ਅਧੀਨ ਹੋਵੇ ਤਾਂ ਹੀ ਫਿਰ ਆਪਾਂ ਸੰਗਤ ਦੇ ਵਿੱਚ ਉਸ ਗੱਲ ਨੂੰ ਸ਼ੇਅਰ ਕਰੀਏ ਹਾਂਜੀ ਨੈਕਸਟ ਇਜ਼ ਸਰ ਸੁਖਬੀਰ ਸਿੰਘ ਸਰ ਸੁਖਬੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਅੱਜ ਦੀ ਡੇਟ ਵਿੱਚ ਜਿਵੇਂ ਤੁਸੀਂ ਜਿਹੜੇ ਆਥਰਸ ਆ ਜਾਂ ਜਿਹੜੇ ਭਾਈ ਵੀਰ ਸਿੰਘ ਜੀ करण सिंह हिस्टोरियन या जिहड़े भी हैगे ने उही गल आ रही कि वह तकरीबन एक सदी हो चुकी है उन्होंने जिहड़ी अपनी राइटिंग देंदे सन वो साढ़े वास्ते बड़े वड्डे एग्जाम्पल हैगे ने बट अज दी डेट च उन्हां दी लेखनियां विचों ही सानू सोल्यूशन लभने पैणगे क्योंकि उन्होंने जो स्पिरिचुअल जो रूहानी जीवन जिया वे उहदे विचों उन्होंने जिवें गुरमुख सिक्ख्या या होर जिहड़ी किताबां हैगियां इस तरह दे विचों क्वेश्चन आंसर बड़े हैगे ने लेकिन उन्होंने असीं ढाल नहीं पाए ते अगे तक अपने बच्चों तक या उस लैवल तक लैके नहीं गए ਉਹਦੇ ਚ ਮੇਰਾ ਜੋ ਇੱਕ ਵਿਊ ਪੁਆਇੰਟ ਬਣਦਾ ਹੈ ਕਿ ਅਸੀਂ ਕੋਈ ਨਾ ਇਸ ਤਰ੍ਹਾਂ ਦਾ ਕੋਈ ਮੈਂਟਰਸ਼ਿਪ ਪ੍ਰੋਗਰਾਮ ਸ਼ੁਰੂ ਕਰੀਏ ਕਿ ਆਈਡੈਂਟੀਫਾਈ ਕਰੀਏ ਟ੍ਰੇਨ ਕਰੀਏ ਤੇ ਕਿਉਂਕਿ ਅਸੀਂ ਬੱਚਿਆਂ ਕੋਲ ਅਪਰੋਚ ਕਰਨਾ ਪਏਗਾ ਸਾਨੂੰ ਜਾਂ ਵੱਡਿਆਂ ਨੂੰ ਵੀ ਅਪਰੋਚ ਕਰਨਾ ਪਏਗਾ ਮਾਂ ਪਿਓ ਨੂੰ ਅਵੇਅਰਨੈਸ ਨਹੀਂ ਹੁੰਦੀ ਤੇ ਬੱਚਿਆਂ ਨੂੰ ਕਿੱਥੋਂ ਆਉਣੀ ਹੈ ਸਿੰਘ ਸਭਾਵਾਂ ਲੈਵਲ ਦੇ ਉੱਤੇ ਹਰ ਇੱਕ ਕਾਲੋਨੀ ਦੇ ਵਿੱਚ ਇਸ ਤਰ੍ਹਾਂ ਦੇ ਸੇਵਾਦਾਰ ਜਾਂ ਇਸ ਤਰ੍ਹਾਂ ਦੇ ਜਿਹੜੇ ਪ੍ਰਚਾਰਕ ਟ੍ਰੇਨ ਕੀਤੇ ਜਾਣ ਜਿਹੜੇ ਮੈਂਟਰਸ਼ਿਪ ਲੈਣ ਕਿ ਉਹਨਾਂ ਦੇ ਅੰਡਰ ਇੰਨੀ ਫੈਮਿਲੀਜ਼ ਆਉਣੀ ਉਹਨਾਂ ਨੂੰ ਤੁਸੀਂ ਉਸਾਰਨਾ ਕਰਨੀ ਉਹਨਾਂ ਨੇ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ ਤੇ ਉਸ ਤੋਂ ਬਾਅਦ ਕਿਉਂਕਿ ਅਸੀਂ ਇਕੱਠੇ ਤੌਰ ਤੇ ਇੰਨੇ ਵੱਡੇ ਲੈਵਲ ਦੇ ਉੱਪਰ ਗੱਲ ਕਰਦੇ ਹਾਂ ਤੇ ਮਾਈਕਰੋ ਲੈਵਲ ਦੇ ਉੱਪਰ ਕੰਮ ਨਹੀਂ ਹੁੰਦਾ ਵੀ ਆਰ ਨੋਟ ਇੰਟਰੈਕਟਿੰਗ ਵਿਦ ਦੈਮ ਕੋਈ ਸੈਮੀਨਾਰਸ ਨਹੀਂ ਨੇ ਕੁਛ ਇਸ ਤਰ੍ਹਾਂ ਨਹੀਂ ਹੈ ਮਾਂ ਪਿਓ ਨੇ ਕੰਮ ਕਰਾਤਾ ਫੋਰ ਐਗਜ਼ਾਮਪਲ ਅਗਰ ਅੱਜ ਦੀ ਡੇਟ ਵਿੱਚ ਮਾਈਨੋਰਿਟੀ ਕੋਟਾ ਲੈਣਾ ਹੈ ਕਾਲਜ ਵਿੱਚ ਬੱਚਿਆਂ ਨੇ ਐਡਮਿਸ਼ਨ ਲੈਣੀ ਹੈ ਤੇ ਸਿਰਫ ਉਹਨੂੰ ਦੋ ਚਾਰ ਸਵਾਲ ਪੁੱਛੇ ਜਾਂਦੇ ਨੇ ਸਿੱਖੀ ਦੇ ਤੇ ਉਹਨੂੰ ਉਸ ਕਾਲਜ ਕਰਾਤਾ ਜਾਂਦਾ ਹੈ ਕਿਉਂ ਨਾ ਸਿਸਟਮ ਐਸੇ ਜਿਹੜੇ ਬਣਨੇ ਚਾਹੀਦੇ ਨੇ ਤਾਂ ਕਿ ਬੱਚਿਆਂ ਨੂੰ ਕੈਰਟ ਐਂਡ ਸਟਿਕ ਪਾਲਿਸੀ ਨਾਲ ਮਿਲੇ ਕਿ ਕੁਝ ਇਨਸੈਂਟਿਵ ਵੀ ਮਿਲ ਰਿਹਾ ਤੇ ਕੁਝ ਦੰਡ ਵੀ ਮਿਲ ਰਿਹਾ ਦੋਨੋਂ ਪਾਸੇ ਸੋ ਦੈਟ ਦੇ ਆਰ ਇੰਕਲਾਈਨਡ ਐਂਡ ਦੇ ਆਰ ਬਾਊਂਡ ਟੂ ਕਮ ਟੂਵਰਡ ਸਿੱਖਿਜ਼ਮ ਹਰ ਹਾਲ ਵਿੱਚ ਅਸੀਂ ਉਹਨਾਂ ਵਾਸਤੇ ਇੱਕ ਬਾਈਂਡਿੰਗ ਨਹੀਂ ਸਾਡੇ ਕੋਲ ਹੋ ਪਾ ਰਹੀ ਕਿਸੇ ਤਰੀਕੇ ਨਾਲ ਉਹ ਫਰੀ ਹੈਂਡ ਚੱਲ ਰਹੇ ਨੇ ਫਿਰ ਜਿਹੜੀ ਸੁਸਾਇਟੀ ਹੋਏਗੀ ਅਲਟੀਮੇਟਲੀ ਉਹ ਇੰਪੈਕਟ ਕਰਦੀ ਜਾਏਗੀ ਪੇਰੈਂਟਸ ਵੀ ਅੱਜ ਕੱਲ੍ਹ ਨੋਰਮਲੀ ਸਾਰੇ ਡਬਲ ਇਨਕਮ ਗਰੁੱਪ ਹੋਣ ਦੇ ਕਾਰਨ ਸਾਰੇ ਆਪਣੇ ਕੰਮ ਕਾਰ ਬਿਜ਼ੀ ਹੁੰਦੇ ਨੇ ਤੇ ਸਾਨੂੰ ਆਪਣੇ ਸਿੰਘ ਸਭਾਵਾਂ ਲੈਵਲ ਜੋ ਕਿ ਹਰ ਇੱਕ ਕਲੋਨੀ ਵਿੱਚ ਹੈਗੀਆਂ ਨੇ ਉਹੀ ਉਹ ਸਾਰੀ ਉਹੀ ਉਹ ਪਕੜ ਸਕਦੇ ਨੇ ਸਭ ਨੂੰ ਦਿਸ ਇਜ਼ ਮਾਈ ਸੁਜੈਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਹੀਂ ਗੁੱਡ ਸੁਜੈਸ਼ਨ ਹੈਗਾ ਜੀ ਤੁਹਾਡਾ ਇਹ ਡਾਕਟਰ ਇੰਦਰਜੀਤ ਸਿੰਘ ਹੋਣਾ ਦੇ ਜੀਵਨ ਦਾ ਆਧਾਰ ਬਣਿਆ ਰਿਹਾ ਉਹ ਤਾਂ ਬਕਾਇਦਾ ਕਹਿੰਦੇ ਸੀਗੇ ਵੀ ਦਾੜੀ ਕੱਟੀ ਤੇ ਕਿਸਮਤ ਫੁੱਟੀ ਉਹਨਾਂ ਦੀ ਬੈਂਕ ਦੇ ਵਿੱਚ ਨੌਕਰੀ ਕਰਨ ਵਾਲਾ ਜੇ ਕੋਈ ਨੌਜਵਾਨ ਦਾੜੀ ਕੱਟ ਦਿੰਦਾ ਸੀਗਾ ਤਾਂ ਉਹ ਨੌਕਰੀ ਤੋਂ ਬਰਖਾਸਤ ਹੋ ਜਾਂਦਾ ਸੀ ਉਹ ਕਹਿੰਦੇ ਵੀ ਜੇ ਤੂੰ ਜਿਹੜੀ ਚੀਜ਼ ਗੁਰੂ ਦਾ ਵਿਸ਼ਵਾਸ ਆ ਉਹਦੇ ਤੇ ਪੂਰਾ ਨਹੀਂ ਉਤਰਿਆ ਤੇ ਹੋਰ ਕਿਸੇ ਦੇ ਵਿਸ਼ਵਾਸ ਤੇ ਤੂੰ ਕਿਵੇਂ ਖਰਾ ਉਤਰ ਸਕਦਾ ਆ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਗਰਾਊਂਡ ਲੈਵਲ ਤੋਂ ਇਹ ਗੱਲਾਂ ਕਰੀਏ ਤੁਹਾਡੀ ਨਾਲ ਗੱਲ ਵਾਜਬ ਹੈ ਜੀ ਵੀ ਉਹ ਜਿਹੜੇ ਪਿਛਲੀ ਸਦੀ ਦੇ ਇੰਨੇ ਕਿੰਨੇ ਮਹਾਨ ਗੁਰਮੁਖ ਪਿਆਰੇ ਹੋ ਚੁੱਕੇ ਨੇ
ਅੱਜ ਸਾਡੇ ਕੋਲ ਉਹਨਾਂ ਦੀਆਂ ਲਿਖਤਾਂ ਹੀ ਹੈ, ਪਰ ਨਾਲ ਦੀ ਨਾਲ ਇਹ ਵੀ ਵਿਚਾਰਨ ਦੀ ਲੋੜ ਹੈ ਵੀ ਲਿਖਤਾਂ ਸਿਰਫ ਲਿਖਤਾਂ ਨਾ ਰਹਿਣ, ਲਿਖਤਾਂ ਸਾਡਾ ਨਿੱਜ ਜੀਵਨ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਵੀ ਬਣੇ। ਨਹੀਂ ਤਾਂ ਲਿਖਤ ਕੱਚੇ ਕਾਗਜ਼ ਤੋਂ ਲੈ ਕੇ ਤੇ ਵਧੀਆ ਪ੍ਰਿੰਟਿੰਗ ਤੱਕ ਪਹੁੰਚ ਜਾਂਦੇ ਹੈ, ਵਧੀਆ ਹਾਰਡ ਬਾਉਂਡ ਉਹਦੀ ਜਿਲਦ ਬਣ ਜਾਂਦੀ ਹੈ, ਥੋੜ੍ਹਾ ਜਿਹਾ ਕਲਰਫੁੱਲ ਰਾਈਟਿੰਗ ਹੋ ਜਾਂਦੀ ਹੈ, ਪਰ ਲਿਖਤਾਂ ਜਿਹੜੀਆਂ ਨੇ ਉਹ ਲਿਖਤਾਂ ਸ਼ਿੰਗਾਰੀਆਂ ਜਾ ਰਹੀਆਂ ਨੇ, ਲਿਖਤਾਂ ਦੇ ਨਾਲ ਜੀਵਨ ਦੇ ਵਿੱਚ ਸ਼ਿੰਗਾਰ ਉਹ ਘੱਟ ਰਿਹਾ ਆ। ਉਧਰਲੇ ਪਾਸੇ ਸਾਡੀ ਅਪਰੋਚ ਹੋਈ ਨਹੀਂ ਹੈਗੀ। ਅਸੀਂ ਚੰਗਾ ਆ ਸੁਜੈਸ਼ਨ ਲੈ ਕੇ ਆਏ ਕਿ ਸਾਨੂੰ ਉਹਨਾਂ ਨੂੰ ਖੁਦ ਵੀ ਪੜ੍ਹੀਏ ਤੇ ਨਾਲ ਦੂਜਿਆਂ ਨਾਲ ਸਾਂਝਾ ਵੀ ਕਰੀਏ। ਹਾਂਜੀ, ਨੈਕਸਟ ਜੀ ਸਰਦਾਰ ਹਰਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੁਸ਼ਚਨ ਤੇ ਹੋਰ ਸੀਗੇ, ਲੇਕਿਨ ਮੈਂ ਸੁਣ ਸੁਣ ਕੇ ਮੈਂ ਥੋੜਾ ਜਿਹਾ ਡਿਫਰੈਂਟ ਜਿਹਾ ਵਿਚਾਰ ਬਣ ਗਿਆ, ਬਿਲਕੁਲ ਕਿ ਇੱਕ ਸਿੱਖ ਵੇ ਆਫ ਥਾਟ ਜਿਹੜਾ ਨਾ ਉਹ ਸਾਡੇ 'ਚ ਨਹੀਂ ਚੱਲ ਰਿਹਾ, ਕਿ ਜਿਸ ਕਰਕੇ ਸਾਰਾ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਵਾਰ ਵਾਰ। ਮੈਂ ਸਮਝਦਾ ਜਿਵੇਂ ਸਾਡੀ ਸਿੱਖ ਮਿਸ਼ਨਰੀ ਕਾਲਜ ਦਾ ਜੋ ਸਿਸਟਮ ਚੱਲ ਰਿਹਾ, ਉਸਨੂੰ ਜਿਸ ਤਰ੍ਹਾਂ ਵੀ ਜਿੰਨੇ ਵੀ ਸਰੋਤੇ ਬੈਠੇ ਨੇ ਉਹਨਾਂ ਨੂੰ ਇੱਕ ਇੱਕ ਵੰਗ ਫੜ ਕੇ ਉਹ ਇੱਕ ਇੱਕ ਲਾਈਨ ਦੇ ਉੱਪਰ ਕੰਮ ਕਰਨ ਤੇ ਜਾਂ ਉੱਦਮ ਕਰਨ ਹੋਰਾਂ ਨੂੰ ਸਮਝਾਉਣ ਵਾਸਤੇ, ਮੈਂ ਸਮਝਿਆ ਇਹ ਕੰਮ ਬੜਾ ਜਲਦੀ ਹੋ ਸਕਦਾ ਹੈ। ਜਿਵੇਂ ਸਿੱਖ ਵੇ ਆਫ ਲਾਈਫ ਜਿਹੜੇ ਆਪਣੇ ਸਿੱਖ ਰਹਿਤ ਮਰਿਆਦਾ ਹੈ ਉਸ ਦੇ ਉੱਪਰ ਹੀ ਕੰਮ ਕਰ ਲੈਣ ਤੇ ਮੈਂ ਸਮਝਦਾ ਇਹ ਕੰਮ ਬਹੁਤ ਜਲਦੀ ਹੋ ਸਕਦਾ ਹੈ। ਕਿਉਂਕਿ ਮੈਂ ਅੱਜ ਹੀ ਦੇਖ ਰਿਹਾ ਸੀ ਸ਼੍ਰੀਗੰਜ ਸਾਹਿਬ ਕਥਾ ਕਰ ਰਿਹਾ ਸੀ ਬੰਦਾ, ਮੋਹਨ ਤੇਰੇ ਉੱਚੇ ਮੰਦਰ ਦੇ ਉੱਪਰ ਜਲ ਚੱਲ ਰਹੀ ਸੀ। ਦੋ ਦਿਨ ਪਹਿਲੇ ਕਿਸੇ ਹੋਰ ਨੇ ਗੱਲ ਪੁੱਛ ਕੇ ਹੀ ਉਹ ਵਿਦਵਾਨ ਪੁਰਾਣੀ ਸਾਖੀ ਨੂੰ ਲੈ ਕੇ ਚੱਲ ਪਿਆ ਕਿ ਮੋਹਨ ਦੇ ਉਸਤਤ ਕਰ ਰਹੇ, ਤੇ ਅੱਜ ਉਹਨੇ ਕਿ ਦੋ ਚੁੱਤੀ ਵਿੱਚ ਗੱਲ ਕਰ ਰਿਹਾ ਸੀ ਕਿ ਅਰਥ ਇਹ ਵੀ ਹੋ ਸਕਦੇ ਨੇ, ਅੰਦਰੂਨੀ ਅਰਥ ਉੱਧਰ ਵੀ ਹੈਗੇ ਨੇ। ਜਿਹੜੀ ਸੰਗਤ ਬੈਠੀ ਕਨਫਿਊਜ਼ ਹੋ ਜਾਂਦੀ ਹੈ ਜਦ ਤੱਕ ਇੱਕ ਸਿੱਖ ਵੇ ਆਫ ਥੋਟ ਨਹੀਂ ਆਉਂਦਾ, ਤੇ ਮੈਂ ਸਮਝਦਾ ਉਹਦੇ ਵਿੱਚ ਸਿਆਸਤ ਦੀ ਗੱਲ। ਮੈਂ ਅੱਜ ਫਿਰ ਜਨਰਲ ਸੈਕਟਰੀ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਯਾਰ ਹਾਲਤ ਬਹੁਤ ਬੁਰੀ ਹੈ, ਕਿਉਂਕਿ ਪੋਲੀਟਿਕਸ ਇਹੋ ਜਿਹੀ ਬਣ ਗਈ ਹੈ ਸਾਡੇ 'ਚ ਕਿ ਕੰਮ ਕੀਤਾ ਜਾ ਨਹੀਂ ਸਕਦਾ, ਪ੍ਰਬੰਧਕਾਂ ਨੂੰ ਵੀ ਕੰਮ ਨਹੀਂ ਕਰਨ ਦਿੰਦੇ ਆਪਣੇ ਪ੍ਰਚਾਰਕਾਂ ਨੂੰ, ਤਾਂ ਬੜੀ ਦੂਰ ਦੀ ਗੱਲ। ਉਹ ਵੀ ਮਜਬੂਰ ਸੀਗਾ, ਮੇਰੀ ਗੱਲ ਦਾ ਜਵਾਬ ਨਹੀਂ ਦੇ ਪਾਇਆ। ਅਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਸਾਡਾ ਸਿੱਖ ਰਹਿਤ ਮਰਿਆਦਾ ਦੇ ਉੱਪਰ ਅਜੀਤ ਸਿੰਘ ਹੋਣਾ ਨੇ ਬਹੁਤ ਲੰਮਾ ਸਮਾਂ ਵਿਚਾਰ ਕੀਤੀ ਹੈ, ਇੱਕ ਇਸ ਦੇ ਉੱਪਰ ਹੀ ਅਗਰ ਚੱਲ ਪਈਏ ਤਾਂ ਮੈਂ ਸਮਝਦਾ ਬੜੀ ਕਿਰਪਾ ਹੋ ਜਾਏਗੀ ਗੁਰੂ ਮਹਾਰਾਜ ਜੀ ਕਿ ਸੰਗਤੀ ਰੂਪ ਵਿੱਚ ਇਸ ਨੂੰ ਅਡੋਪਟ ਕਰ ਲਈਏ। ਮੈਂ ਸਮਝਦਾ ਇੰਨਾ ਹੀ ਬਹੁਤ ਵੱਡਾ ਕੰਮ ਹੋ ਜਾਏ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਨਹੀਂ ਠੀਕ ਹੈ ਜੀ, ਤੁਹਾਡਾ ਕੰਸਰਨ ਰੈਲੇਵੈਂਟ ਆ, ਪਰ ਸਮੱਸਿਆ ਇੱਥੇ ਆ ਕੇ ਆ ਜਾਂਦੀ ਹੈ ਜੀ ਵੀ ਸਿੱਖ ਵੇ ਆਫ ਲਾਈਫ ਅਸੀਂ ਕਹਿੰਦੇ ਹਾਂ ਵੀ ਜਿਹੜਾ ਸਾਨੂੰ ਸਮਝ 'ਚ ਆਇਆ ਸਿੱਖ ਵੇ ਆਫ ਲਾਈਫ ਉਹੀ ਹੈ, ਜਿਹੜਾ ਹੋਰ ਧਾਰਨਾ ਦੇ ਵਿੱਚੋਂ ਗੁਰਬਾਣੀ ਦੇ ਹੋਰ ਤਰ੍ਹਾਂ ਦੀਆਂ ਸਾਖੀਆਂ ਦੇ ਨਾਲ ਅਰਥ ਕਰ ਰਿਹਾ ਹੈ ਉਹ ਕਹਿ ਰਿਹਾ ਵੀ ਸਿੱਖ ਵੇ ਆਫ ਲਾਈਫ ਜਿਹੜਾ ਅਸੀਂ ਸਮਝਦੇ ਹਾਂ ਉਹ ਹੈਗਾ ਹੈ ਸ਼ੁੱਧ ਆ। ਤਾਂ ਦੋਵੇਂ ਪਾਸੇ ਸਮੱਸਿਆ ਜਿਹੜੀ ਹੈ ਲੰਬੇ ਸਮੇਂ ਤੋਂ ਇਹੀ ਬਣੀ ਹੋਈ ਹੈ, ਦੋਵੇਂ ਧਿਰਾਂ ਇਹੀ ਮੰਨ ਰਹੀਆਂ ਨੇ ਕਿ ਜੋ ਵੇ ਆਫ ਲਾਈਫ ਸਾਨੂੰ ਸਮਝ 'ਚ ਆਇਆ ਉਹੀ ਸ਼ੁੱਧ ਵੇ ਆਫ ਲਾਈਫ ਹੈ, ਸਿੱਖੀ ਦਾ ਗੁਰਮਤਿ ਤੱਤ ਗਿਆਨ ਉਹੀ ਹੈ। ਉਹਦੇ ਵਿੱਚੋਂ ਚਲੋ ਇਹ ਤਾਂ ਕਿਸੇ ਦੀ ਹੋ ਸਕਦਾ ਆ ਸਕੂਲਿੰਗ ਦੇ ਕਰਕੇ ਕੋਈ ਸਾਖੀ ਪ੍ਰਮਾਣ ਜਿਹੜਾ ਉਹ ਸੰਗਤ ਨੂੰ ਦੇ ਗਿਆ, ਉਹਨੇ ਕਿੱਥੋਂ ਸਿੱਖਿਆ, ਜਾਂ ਉਹ ਆਪ ਕਨਫਿਊਜ਼ਡ ਸੀ, ਜਾਂ ਉਹ ਆਪ ਹਲੇ ਉਹਨੇ ਪੂਰਾ ਅਧਿਐਨ ਨਹੀਂ ਕੀਤਾ, ਜਾਂ ਉਹ ਗੁਰਬਾਣੀ ਨੂੰ ਡੇਲੀ ਲਾਈਫ ਦੇ ਵਿੱਚ ਕਿੱਦਾਂ ਲਾਗੂ ਕੀਤਾ ਜਾਵੇ ਉਹਦੇ ਬਾਰੇ ਬਹੁਤਾ ਆਪ ਵਿਚਾਰਵਾਨ ਨਹੀਂ ਹੋਇਆ, ਤਾਂ ਉਹਨੇ ਸਾਖੀ ਨੂੰ ਸਾਖੀ ਦੇ ਤੌਰ ਦੇ ਉੱਪਰ ਹੀ ਸ਼ੇਅਰ ਕਰ ਲਿਆ। ਗੱਲ ਇੱਥੇ ਆ ਕੇ ਕਹਾਣੀ ਫਿਰ ਬਣਨੀ ਹੈ ਜੀ ਵੀ ਅਸੀਂ ਆਪਣੇ ਨਿੱਜ ਜੀਵਨ ਦੇ ਵਿੱਚ ਗੁਰਬਾਣੀ ਨੂੰ ਕਿਸ ਤਰ੍ਹਾਂ ਦੇ ਨਾਲ ਲੈ ਕੇ ਆਉਂਦੇ, ਇਹ ਬਹੁਤ ਜ਼ਰੂਰੀ ਹੈ। ਸੰਗਤ ਕਨਫਿਊਜ਼ ਹੁੰਦੀ ਹੈ, ਨੋ ਡਾਊਟ, ਪਰ ਤੁਸੀਂ ਕਨਫਿਊਜ਼ ਨਹੀਂ ਹੋਏ ਕਿਉਂਕਿ ਤੁਸੀਂ ਗੁਰਬਾਣੀ ਨੂੰ ਕਿਤੇ ਨਾ ਕਿਤੇ ਤੁਹਾਨੂੰ ਪਤਾ ਆ ਵੀ ਆਹ ਸਪੈਸੀਫਿਕ ਮਿਸ਼ਨ ਆ, ਗੁਰਬਾਣੀ ਦੇ ਅਰਥਾਂ ਨੂੰ ਪੜ੍ਹਨਾ ਆ, ਇਸ ਰਾਹ ਦੇ ਉੱਪਰ ਤੁਰਨਾ ਆ। ਇੱਦਾਂ ਹੀ ਹੋਰ ਬਹੁਤ ਸਾਰੀਆਂ ਸੰਗਤਾਂ ਹੋਣਗੀਆਂ ਜਿਹੜੇ ਨਹੀਂ ਕਨਫਿਊਜ਼ਡ ਹੋਏ ਹੋਣੇ, ਪਰ ਕੁਝ ਸੰਗਤਾਂ ਕਨਫਿਊਜ਼ ਹੋਣਗੀਆਂ ਵੀ ਉਹ ਹੀ ਹੋਣਗੀਆਂ ਜਿਨ੍ਹਾਂ ਦਾ ਡੇਲੀ ਗੁਰਬਾਣੀ ਦੇ ਨਾਲ ਸਰੋਕਾਰ ਨਹੀਂ ਹੈ, ਜਿਨ੍ਹਾਂ ਨੇ ਵੰਸ ਆ ਵਾਇਲ ਗੁਰਬਾਣੀ ਕਿਤੇ ਕਥਾ ਸੁਣ ਲੈਣੀ ਹੈ, ਆਏ ਸੀਗੇ ਮੱਥਾ ਟੇਕਣ, ਕਥਾ ਚੱਲ ਰਹੀ ਸੀਗੀ ਤੇ ਬੈਠ ਕੇ ਪੰਜ ਮਿੰਟ ਸੁਣ ਲਿਆ
फिर कदे मौका बनिया तो फिर आ जाएंगे। पर जिन्हों का डेली गुरबाणी के नाल सरोकार है, आई थिंक वह जे उन्होंने पता है भी साडा मिशन ते विजन की है, वह कन्फ्यूज नहीं होंगे। ठीक है जी, धन्यवाद। मैं बेनती करा सारे क्वेश्चन प्लीज छोटा रख लो, जबकि असी ठीक है 7 मिनट साढ़े को हो रहा है, तो 7 मिनटों बाद अभी क्लास की समाप्ति कर देनी है। ये मैक्सीम असी टाइम जोड़ा है वह 7 मिनट होर अपना है। मैं बेनती करा एम पी सिंह जी प्लीज क्वेश्चन लै लो। ठीक है जी, नैक्सट जी सरदार तजिंदर सिंह जी, सारे बेनती है जी प्लीज बी ब्रीफ। सरदार तजिंदर सिंह वाहिगुरु जी का खालसा वाहिगुरु जी की फतेह। वाहिगुरु जी की फतेह। मैं वीर कुलबीर सिंह जी ये महसूस करदा हां कि जो गुरबाणी की पंक्ति है कि पहले मन प्रभुते अपना पाछे अवर रजावै, जिन्हां गुरमुख प्यारियां दी तुसी गल कीती है वह गुरमुख प्यारे ऐसे सन कि जिन्होंने गुरसिखी नूं अपने अंदर धारण करके उसनों फिर जिहड़ा है वह पेपर दे उत्ते रिफलैक्ट कीता। ते बिल्कुल उस तरह के जिवें गुरबाणी है गुरु साहब के अपने अनुभव चो निकली है, तो वह अनुभव जिहड़ा उस नूं पढ़दा है उहदे जीवन विच तब्दीली लिआंदी है। ते इस तरह ही वह जिहड़े महापुरुष सन गुरमुख सन विद्वान सन उन्होंने गुरबाणी नूं अपने जीवन विच धारण किया ते फिर उहनूं पेपर उत्ते रिफलैक्ट किया ते फिर उसका जिहड़ा असर हुंदा। तो मैं इस गल तों क्योंकि तुसीं यू आर प्रोफेशनल प्रचारक मिशनरी हो ते मैं तुहाडे एंगल तों यह देख रहा कि असी जिहड़े एज ए पेरेंट या एज ए टीचर या एज ए जिहड़े असी कॉलेज वगैरह विच जिथे सोसाइटी दे वी जाने आ, साडे कोल अपने बच्चियां नूं सुधारन वास्ते उहनां नूं इहो जिहा सिक्ख्या देण वास्ते साडे कोल कोई सिस्टम बणिया नहीं, क्योंकि पेरेंट्स जिहड़े हन उह आप ही प्रभावित नहीं हन। ते जिहड़े जिहड़े गुरद्वारे चले जांदे ने साडे कोल इक्को सिस्टम गुरद्वारे दा, तो गुरुद्वारे विच कोई भी जड़ा है मिशनरी है या जड़ा गुरुद्वारे दा हेड ग्रंथी साहब प्रचारक है वह कभी भी संगत दे नाल इंटरैक्टिव जड़ी है वह गलबात नहीं करता। तो वह अपना भाषण दे करके ते फतेह बुला करके ते जड़ी माया लोकी देंदे ने इकट्ठी करके जेब पा के तो चले जाते। ही इज़ नॉट बादर्ड कि मेरी गल का इंपैक्ट जरा संगत विच किन्ना होया तो वह कि उस दे अंदर कोई क्वेश्चन रेज हुए हैं तो मेरी वो ड्यूटी बनती है कि मैं उन क्वेश्चन नू जड़ा है आंसर करा। इस तरह जी है प्रोग्रेस होंगी है, संगत की प्रोग्रेस होंगी है। पहले पेरेंट्स जो बच्चा छोटा है उन्हें बहुत डीपली गल्लां जिहड़ियां फिलासफी दी समझ नहीं आउणगियां, तो उन्होंने वह छोटी छोटी गल्लां जिवें आप जी ने डॉक्टर इंद्रजीत सिंह हुरां दी गल कीती है तो वह मावां उन्होंने रैगूलर गुरुद्वारे दे विच ले जाण, मत्था टेकना सिखाण, उन्होंने प्रसाद लैणा, अरदास करना, खलौना किवें, तो यह चीज़ा उन्होंने वास्ते सफिशियंट, दे विल हैव ए लोंग टर्म इंपैक्ट इन देयर डिवेलपमेंट एज ए सिख। तो फिर जो बच्चे स्कूले चला जाए तो फिर बच्चे दे नाल कुछ देर माँ प्यो का कॉन्टैक्ट रहा, उस तो बाद कॉन्टैक्ट लूज हो जाता, तो वह जो कॉन्टैक्ट लूज हो जाता उस वे फिर बच्चे जड़े ने फ्री विल हो जाते हैं, वो किसी की सुनते नहीं हैं, क्योंकि साढ़े स्कूलों के और कॉलेजों के कोई ऐसा सिस्टम नहीं कि असी उन्होंने जी यूथ एज ए यूथ जी ग्रोथ है उसनों गुरमत ओरिएंटड कर सकी है। क्योंकि तुसी हुण प्री वैडिंग जिहड़ी है काउंसलिंग की गल की है, दिस इज वेरी इंपॉर्टेंट। तो इस तो बाद अगर ये लैवल हैगा, अगर इतने तक असी संभाल लीए कि जो अडल्ट हो गए मैरिजेबल एज हो गई उत्थे तक अगर असी गुरमत उन्होंने अंदर वाड़ दी कि चार लावों का फर्क की है, तुहाडी एज ए हसबेंड वाइफ की रिसपोंसीबिलिटी ने टुवर्ड रेयरिंग ऑफ द चाइल्ड, फिर तुसी उन्होंने बच्चे जिहड़े उन्होंने किवें संभालोगे, सोसाइटी की कोई संभाल हो सकती है, नहीं तो आप फिर सिर्फ लैक्चर तक नहीं जी सहमत रह जाएंगे। वाहिगुरु जी का खालसा वाहिगुरु जी की फतह। हाँ जी, आई टोटली एग्री के तुसी ये गल नूं नाल विस्तार दे विच छोया, क्योंकि ये गल्लां असीं सुणदे हुंदे सीगे भी जे किसी बच्चे की घाट घटनी है ना तो उहदे जन्म तो 20 साल पहला उहदी घाट घटनी शुरू कर दिओ, मतलब कि जिन्हां ने 20 साल बाद बच्चे नूं जन्म देना है वह अज इंडिविजुअल्स ने जिहड़े वो आप सिक्ख्या सेध लैण वाले होण। ते मैं प्री वैडिंग काउंसलिंग कोर्स की गल इस करके की भी उन्होंने ही गा बच्चे नूं जन्म देना है, तो जे उन्होंने आप घट्टो घट 8-10 घंटे का एक जिहड़ा किसी भी देश दे राज दे कानून दे अनुसार भी वह कहिंदे आ भी इह तुहाडा रिकमेंडेड कोर्स है होना चाहिए आ, इन्ना को भी वह कर लैण तो 8-10 घंटिया दे विच किसी ग्रंथी सिंह दे नाल प्रचारक दे नाल उन्हां दी
गलबात शुरू हो जाती है तो वह लॉन्ग टाइम इंपैक्ट पै सकता है उन्होंने आफ्टर मैरिज भी वह गलबात कंटिन्यू कर सकते हैं। ये तुम विशा छो है विस्थार के चंगी गल है। मैं इसे करके तो जोर देना चाहना हाँ भी जिन्होंने ऑलरेडी हुण तक गुरद्वारा साहब बच्चों नूं नहीं लिआंदा गा पर अज जे मैरिज के वास्ते खुद गुरद्वारा साहब आ रहे ने उन्होंने बच्चे जवान होए विआह वास्ते आ रहे हैं उन्होंने बच्चे जो होणगे उन्होंने वास्ते जरूर असी तैयारी अज तो करिए। और इन मुल्कों के क्योंकि इतने गली बाती वैसे गलबात करते हो कोई मतलब नहीं रह जाता है जो तुम एक कोर्स बना के गल करते हो तो इतने बच्चे उस चीज़ में एक पढ़ाई का अंग समझते हैं भी साड़ी लाइफ के वास्ते हम एक केंद्र पार्ट बन गया है। हाँ जी समा सा समाप्त हो गया जी। मेरे बाकी दो हैंड रेज ने मैं उन्होंने पासों खिमा भी मंगता तो उन्होंने रिक्वेस्ट करता कि जी प्लीज अपना सवाल वो या तो चैट लिख दें या सिर्फ जरा सा मंडे का सैशन होएगा वो वास्ते वट्सएप करके ग्रुप में पा दें जी। तो वीर हरजीत सिंह जी को बेनती है कि भी अगला अनाउंसमेंट करके समाप्ति कर दें। धन्यवाद है जी माफी मांग रहे हैं जी। हरमीत कौर जी आप को भी क्वेश्चन कृपा करके चैट च भेज दो जी नैक्सट असी मंडे जवाब दे सकेंगे ज फिर अगर विचार कर ली जाएगी। अपने बलजीत सिंह जी आप जी ने भी बेनती है कि कृपा करके क्वेश्चन जरा कल सोमवार के सैशन कर लेना जी। धन्यवाद जी आप जी का। हाँ जी सारे का धन्यवाद जी। कल की क्लास में हाँ कल की क्लास जो मंडे की क्लास है साड़ा सवाल जवाब का सैशन होगा तुहाडे वल्लों भेजे हुए सवालों के जवाब पैनल मैंबर वालों दिते जाएंगे जो सवाल आप जी भेज दिओ उन्होंने जवाब पैनल मैंबर अज उन्होंने विचार हुई है उन्होंने जवाब परसों आप जी ने दे जाएंगे। मंगलवार ज्ञानी अमृतपाल सिंह जी लुधियाने वाले साढ़े नाल बावन अखरी की विचार शुरू की हुई है वो विचार अगे चल करेंगे। बुधवार की क्लास वितेंद्र सिंह जी साडा समाज में असी गुरबाणी के अनुसार होके किवें विचर सकीए उस विषय के उत्ते अज के विषय नाल मिलता विषय है विचार सैशन सांझे करेंगे। वीरवार को असी गुरद्वारा सुधार लहर के उत्ते जो चल रही है अपनी क्लास लगातार वो ही असं अगे विचार करांगे। शुक्र की क्लास में भैन जी मनिंदर कौर जी माई मोहे अवर ना जानो आ नाना इस शब्द की विचार आप जी सांझी करेंगे। सनेत्रवार की क्लास में सरदार अवतार सिंह जी यूके तो साढ़े तो वड्डा घल्लूघारे के उत्ते इतिहासक साढ़े ना लैक्चर साढ़े साझा करेंगे जी। तो अज की क्लास जो नैक्सट क्लास है दिल्ली तो लग रही है अज भी गुरदीप सिंह जी उत्थे गुरु तेग बहादुर साहब महाराज की बाणी की विचार करेंगे। सोमवार को असी फिलोसफी के सतसंगत विषय के उत्ते विचार करेंगे। मंगलवार तो बुधवार सलोक 12 के वधीक की लड़ीवार विचार भीर एम पी सिंह जी दो दिन शुक्रवार वीरवार तो शुक्रवार सर चरणजीत सिंह जी आशा की वार की विचार साढ़े साझी करेंगे। होया भुला की खिमा जी जिन्हें क्वेश्चन नहीं लै सके उन्होंने दो हाथ जोड़ के माफी और वीर कुलवीर सिंह जी आप जी पासों भी आप जी का धन्यवाद करते हुए भी असं माफी चाहवागे कि होर समा असं नहीं दे सके समा हो गया इस करके असी क्लास की समाप्ति करनी है जी। प्यार सहित सारिया बेनती कर रहे हैं फतेह जी सांझ करो। वाहेगुरु जी का खालसा वाहेगुरु जी की फतेह।